ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਬੋਲ ਪੰਜਾਬੀ ਨੂੰ ਦਾ ਇਹ ਲਾਈਵ ਸੈਸ਼ਨ ਦੋਸਤੋ ਅੱਜ ਦਾ ਇਹ ਲਾਈਵ ਸੈਸ਼ਨ ਜਿਵੇਂ ਕਿ ਤੁਹਾਨੂੰ ਪਤਾ ਕਿ ਹਰੇਕ ਪੰਦਰਵਾੜੇ ਅਸੀਂ ਬੁੱਧਵਾਰ ਵਾਲੇ ਦਿਨ ਮੈਲਬਨ ਦੇ ਵਿੱਚ ਕੌਂਸਲ ਇਮੀਗ੍ਰੇਸ਼ਨ ਕੰਸਲਟੈਂਟ ਦੇ ਹੈੱਡ ਆਫਿਸ ਤੋਂ ਤੁਹਾਡੇ ਲਈ ਇਹ ਲਾਈਵ ਸੈਸ਼ਨ ਲੈ ਕੇ ਆਉਂਦੇ ਹਾਂ ਤਾਂ ਕਿ ਤੁਹਾਡੇ ਕੋਲ ਜੇਕਰ ਕੋਈ ਸਵਾਲ ਨੇ ਇਮੀਗ੍ਰੇਸ਼ਨ ਮਾਮਲਿਆਂ ਦੇ ਨਾਲ ਜੁੜੇ ਹੋਏ ਜੇਕਰ ਤੁਸੀਂ ਕੋਈ ਜਾਣਕਾਰੀ ਚਾਹੁੰਦੇ ਹੋ ਤਾਂ ਉਹ ਤੁਹਾਨੂੰ ਇਸ ਪ੍ਰੋਗਰਾਮ ਰਾਹੀਂ ਅਸੀਂ ਪਹੁੰਚਦੀ ਕਰ ਸਕੀਏ। ਅੱਜ ਦੀ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ ਦੋਸਤੋ ਦੋ ਚੀਜ਼ਾਂ ਮੁਫਤ ਮਿਲ ਜਾਂਦੀਆਂ ਨੇ, ਇੱਕ ਹੈ ਸਲਾਹ ਤੇ ਇੱਕ ਹੈ ਜਾਣਕਾਰੀ। ਤੇ ਜੇਕਰ ਚੰਗੀ ਸਲਾਹ ਤੇ ਸਹੀ ਜਾਣਕਾਰੀ ਮਿਲਦੀ ਹੋਵੇ ਉਹ ਵੀ ਮੁਫਤ ਦੇ ਵਿੱਚ ਤਾਂ ਲੈ ਲੈਣੀ ਚਾਹੀਦੀ ਆ। ਇਹ ਪ੍ਰੋਗਰਾਮ ਵੀ ਤੁਹਾਨੂੰ ਚੰਗੀ ਸਲਾਹ ਤੇ ਸਹੀ ਜਾਣਕਾਰੀ ਦੇਣ ਲਈ ਅਸੀਂ ਬੰਸਲ ਇਮੀਗ੍ਰੇਸ਼ਨ ਦਫ਼ਤਰ ਤੋਂ ਲਾਈਵ ਕਰਦੇ ਹਾਂ। ਸਾਡੇ ਨਾਲ ਇਸ ਵਕਤ ਇਮੀਗ੍ਰੇਸ਼ਨ ਮਾਮਲਿਆਂ ਦੇ ਮੈਂ ਡਾਕਟਰ ਕਹਿ ਲਵਾਂ, ਵਕੀਲ ਕਹਿ ਲਵਾਂ, ਵੈਦ ਕਹਿ ਲਵਾਂ, ਉਹ ਮੌਜੂਦ ਨੇ ਜਿਨ੍ਹਾਂ ਦਾ ਨਾਮ ਹੈ ਅਜੇ ਕੁਮਾਰ ਬਾਂਸਲ। ਅਜੇ ਕੁਮਾਰ ਬਾਂਸਲ ਡਾਇਰੈਕਟਰ ਨੇ ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟ ਦੇ, ਬਹੁਤ ਸਾਰੇ ਜਿਹੜੇ ਦਫ਼ਤਰ ਨੇ ਪੂਰੇ ਆਸਟ੍ਰੇਲੀਆ ਦੇ ਵਿੱਚ ਉਹ ਇਹ ਰਨ ਕਰਦੇ ਨੇ। ਵੱਡੀ ਟੀਮ ਹੈ ਜਿਹੜੀ ਉਹ ਇਹਨਾਂ ਦੇ ਕੋਲ ਹੈ, ਜਿਹੜੀ ਤੁਹਾਡੇ ਇਮੀਗ੍ਰੇਸ਼ਨ ਮਾਮਲਿਆਂ ਨਾਲ ਜੁੜੇ ਹੋਏ ਮਾਮਲਿਆਂ ਦੀ ਜਾਂਚ ਕਰਦੀ ਹੈ, ਪੜਚੋਲ ਕਰਦੀ ਹੈ ਤੇ ਸਹੀ ਮਾਮਲਿਆਂ ਨੂੰ ਇਮੀਗ੍ਰੇਸ਼ਨ ਵਿਭਾਗ ਦੇ ਕੋਲ ਲੈ ਕੇ ਜਾਂਦੀ ਹੈ। ਆਓ ਸਭ ਤੋਂ ਪਹਿਲਾਂ ਦੇਰੀ ਨਾ ਕਰੀਏ, ਸਵਾਗਤ ਕਰੀਏ ਮਿਸਟਰ ਅਜੇ ਬਾਂਸਲ ਦਾ। ਬਾਂਸਲ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਧੰਨਵਾਦ ਜੀ ਸਰ। ਬਾਂਸਲ ਹੁਣੇ ਹੁਣੇ ਐਡੀਲੇਡ ਵਿਖੇ 36ਵੀਆਂ ਸਿੱਖ ਗੇਮਾਂ ਖਤਮ ਹੋਈਆਂ ਨੇ ਜੀ। ਉੱਥੇ ਵੀ ਮੈਂ ਦੇਖਿਆ ਜੀ ਜਿੱਥੇ ਬਾਕੀ ਸਾਰੇ ਲੋਕ ਮੌਜੂਦ ਸੀ ਤੇ ਉੱਥੇ ਫਿਰ ਬਾਂਸਲ ਇਮੀਗ੍ਰੇਸ਼ਨ ਪਿੱਛੇ ਕਿਉਂ ਹਟਦਾ, ਉੱਥੇ ਵੀ ਬਾਂਸਲ ਇਮੀਗ੍ਰੇਸ਼ਨ ਦੀ ਇੱਕ ਟੀਮ ਬੈਠੀ ਸੀ ਜਿਹੜੀ ਜਾਣਕਾਰੀ ਦੇ ਰਹੀ ਸੀ ਤੇ ਖੁਸ਼ੀ ਵਾਲੀ ਇਹ ਗੱਲ ਸੀਗੀ ਬਹੁਤ ਸਾਰੇ ਲੋਕ ਜਿਹੜੇ ਨੇ ਉੱਥੇ ਆਪ ਮੁਹਾਰੇ ਆ ਰਹੇ ਸੀਗੇ। ਉਹਨਾਂ ਕੋਲੇ ਵੱਡੇ ਵੱਡੇ ਜਿਹੜੇ ਤੁਹਾਡੇ ਬੈਗ ਪਏ ਸੀ ਨਾ, ਬੈਗ ਦੇ ਵਿੱਚ ਕਈ ਚੀਜ਼ਾਂ ਪਾਈਆਂ ਹੋਈਆਂ ਸੀ। ਉਹ ਜੇਕਰ ਮੈਂ ਨੇੜੇ ਤੇੜੇ ਵੀ ਨਾ ਹੁੰਦਾ ਨਾ, ਮੈਨੂੰ ਗਰਾਊਂਡ ਦੇ ਵਿੱਚ ਕਿਤੇ ਕੋਈ ਲੰਗਰ ਖਾ ਰਿਹਾ ਸੀ, ਉਹਨਾਂ ਦੇ ਹੱਥ ਦੇ ਵਿੱਚ ਵੀ ਬਾਂਸਲ ਇਮੀਗ੍ਰੇਸ਼ਨ ਦਾ ਲਿਫਾਫਾ ਮਿਲ ਜਾਂਦਾ ਸੀ। ਫਿਰ ਮੈਨੂੰ ਲੱਗਿਆ ਕਿ ਮੈਂ ਜਾ ਕੇ ਆਪ ਪੜਤਾਲ ਕਰਾਂ ਕਿ ਜਿਹੜੇ ਆਪਣੇ ਮੁੰਡੇ ਨੇ ਉਹ ਸਹੀ ਜਾਣਕਾਰੀ ਦੇ ਰਹੇ ਨੇ ਕਿ ਨਹੀਂ ਦੇ ਰਹੇ। ਫਿਰ ਮੈਂ ਅੰਕਿਤ ਕੋਲ, ਸ਼ੁਭਮ ਹੋਣਾ ਕੋਲ ਗਿਆ ਤੇ ਉਹਨਾਂ ਨਾਲ ਸਵਾਲ ਜਵਾਬ ਕੀਤੇ ਤੇ ਇਸ ਗੱਲ ਦੀ ਮੈਨੂੰ ਗਰੰਟੀ ਹੋਈ ਕਿ ਜਿਹੜੀਆਂ ਗੱਲਾਂ, ਜਿਹੜੀ ਇਨਫੋਰਮੇਸ਼ਨ ਅਸੀਂ ਇਸ ਮੰਚ ਤੋਂ ਤੁਹਾਡੇ ਦੇ ਘਰ ਲੈ ਕੇ ਆਉਂਦੇ ਹਾਂ, ਹੂਬਹੂ ਉਸੇ ਤਰ੍ਹਾਂ ਦੀ ਹੀ ਜਾਣਕਾਰੀ, ਉਸੇ ਤਰ੍ਹਾਂ ਦੀ ਸਲਾਹ ਜਿਹੜੀ ਬਾਂਸਲ ਇਮੀਗ੍ਰੇਸ਼ਨ ਦੀ ਐਡੀਲੇਡ ਟੀਮ ਹੈ, ਜਾਂ ਅਸੀਂ ਕਹਿ ਲਈਏ ਮੈਲਬਨ ਤੋਂ ਅੰਕਿਤ ਅਤੇ ਸ਼ੁਭਮ ਉਹ ਵੀ ਉੱਥੇ ਮੌਜੂਦ ਸਨ, ਗਏ ਹੋਏ ਸੀ, ਉਹ ਦੇ ਰਹੇ ਸੀ। ਸੋ ਬਹੁਤ ਬਹੁਤ ਸ਼ੁਕਰੀਆ ਬਾਂਸਲ ਸਾਹਿਬ, ਕਿਉਂਕਿ ਐਡੇ ਵੱਡੇ ਇਕੱਠ ਦੇ ਵਿੱਚ ਜਿੱਥੇ ਲੱਖਾਂ ਦਰਸ਼ਕ ਆਏ ਹੋਏ ਸੀ, ਉਹਨਾਂ ਦੇ ਵਿੱਚੋਂ ਬਹੁਤ ਸਾਰੇ ਦਰਸ਼ਕ ਅਜਿਹੇ ਸੀਗੇ ਜਿਹੜੇ ਸਟੂਡੈਂਟ ਸੀ, ਬਹੁਤ ਸਾਰੇ ਦਰਸ਼ਕ ਅਜਿਹੇ ਸੀ ਜਿਨ੍ਹਾਂ ਨੇ ਆਪਣੀ ਪੀਆਰ, ਆਪਣੀ ਪੀਆਰ ਪਾਉਣੀ ਸੀ। ਉਹਨਾਂ ਨੂੰ ਉਹਨਾਂ ਦੇ ਨਾਲ ਤਾਂ ਮੇਲਾ ਦੇਖ ਲਿਆ, ਖੇਡਾਂ ਦੇਖ ਲਈਆਂ, ਖਾਣ ਪੀਣ ਲਿਆ, ਬੱਚੇ ਘੁੰਮ ਲਏ, ਗਰਮੀ ਦਾ ਮਜ਼ਾ ਲੈ ਲਿਆ ਜੀ, ਤੇ ਨਾਲ ਦੀ ਨਾਲ ਉਹਨਾਂ ਨੇ ਸਲਾਹ ਲੈ ਲਈ ਬਾਂਸਲ ਇਮੀਗ੍ਰੇਸ਼ਨ ਤੋਂ, ਇੱਕੋ ਜਗ੍ਹਾ ਸਾਰਾ ਕੁਛ ਜਿਹੜਾ ਉਹ ਸਿੱਖ ਗੇਮਾਂ ਦੇ ਵਿੱਚ ਦੇਖਣ ਨੂੰ ਮਿਲਿਆ। ਬਿਲਕੁਲ, ਗਰਮੀ ਬਹੁਤ ਸੀਗੀ ਜੀ, ਪਹਿਲਾਂ ਅਸੀਂ ਗਰਮੀ ਨਾਲ ਬਿਮਾਰ ਹੋ ਗਏ ਤੇ ਹੁਣ ਇਹ ਸੀਗਾ ਕਿਤੇ ਮੈਲਬਨ ਦੇ ਵਿੱਚ ਠੰਡ ਨਾ ਬਿਮਾਰ ਨਾ ਹੋ ਜਾਈਏ, ਤਾਂ ਹੀ ਅੱਜ ਮੈਂ ਥੋੜ੍ਹੀ ਸਵੈਟਰ ਜਿਹੜੀ ਉਹ ਪਾ ਲਈ। ਬਸ ਹੁਣ ਗਰਮੀ ਹੈ ਜਿਹੜੀ ਉਹ ਇਮੀਗ੍ਰੇਸ਼ਨ ਦੇ ਵਿੱਚ ਵੀ ਚੱਲਦੀ ਰਹੀ, ਚਾਰੇ ਪਾਸੇ ਮਤਲਬ ਜੇ ਜ਼ਿਆਦਾ ਨਹੀਂ ਤਾਂ ਹਫ਼ਤੇ ਦੇ ਵਿੱਚ ਮੈਨੂੰ ਦੋ ਚਾਰ ਕਾਲਸ ਜਿਹੀਆਂ ਆ ਜਾਂਦੀਆਂ ਨੇ ਜਿਹੜੀਆਂ ਇਮੀਗ੍ਰੇਸ਼ਨ ਮਾਮਲਿਆਂ ਨੂੰ ਲੈ ਕੇ ਸੰਬੰਧਿਤ ਹੁੰਦੀਆਂ ਨੇ, ਵਧੇਰੇ ਕਾਲਾਂ ਇਹ ਹੁੰਦੀਆਂ ਨੇ ਕਿ ਉਹ ਮੈਨੂੰ ਇਹੀ ਗੱਲ ਕਰਦੇ ਨੇ, ਉਹ ਢਿੱਲੋਂ ਯਾਰ ਤੇਰੇ ਤਾਂ ਆ ਰਹੀ ਨੇ ਬਾਂਸਲ ਹੋਣੀ, ਢਿੱਲੋਂ ਤੈਨੂੰ ਤਾਂ ਯਾਰ ਕਹਿ ਦੇ, ਢਿੱਲੋਂ ਮਾੜਾ ਜਿਹਾ ਫੋਨ ਕਰਦੀ ਬਾਂਸਲ, ਸਾਡੇ ਫੋਨ ਨਹੀਂ ਚੱਕਦੇ, ਢਿੱਲੋਂ ਮਾੜਾ ਜਿਹਾ ਤੂੰ ਆਪ ਕਹਿ ਦੀ, ਹੈ ਨਾ। ਤੇ ਉਹ ਸੀਰੀਅਸਲੀ ਮਤਲਬ ਮੈਂ ਰੈਫਰ ਵੀ ਕਰਦਾ ਹੁੰਦਾ, ਕਦੇ ਮੈਂ ਅਰੁਣ ਭਾਜੀ ਨੂੰ ਕਹਿ ਦਿੰਦਾ ਹੁੰਦਾ ਕਿ ਭਾਜੀ ਤੁਸੀਂ ਦੇਖ ਲਿਓ ਆਹ ਵਾਲਾ ਕੇਸ ਆ, ਕਿਸੇ ਕਲਾਕਾਰ ਦਾ ਵੀਜ਼ਾ ਨਹੀਂ ਲੱਗ ਰਿਹਾ, ਉਹ ਵੀ ਮੈਨੂੰ ਕਹਿ ਦਿੰਦੇ ਨੇ, ਕਹਿੰਦੇ ਯਾਰ ਬਾਂਸਲਾਂ ਨੂੰ ਕਹਿ ਦੇ। ਮੈਂ ਕਿਹਾ ਤੁਹਾਡਾ ਆਪਦਾ ਜਿਹੜਾ ਇਮੀਗ੍ਰੇਸ਼ਨ ਏਜੰਟ ਕੌਣ ਆ, ਪਰ ਮੈਂ ਹੁਣ ਨਾਮ ਨਹੀਂ ਲੈਂਦਾ, ਫਿਰ ਮੈਨੂੰ ਦੱਸ ਦਿੰਦੇ ਨੇ, ਕਹਿੰਦੇ ਯਾਰ ਅਸੀਂ ਗਲਤ ਫਸ ਗਏ, ਹੈ ਨਾ। ਮੈਂ ਕਿਹਾ ਵੀ ਦੇਖੋ ਹੁਣ ਜੇ ਫਸੀ ਤੇ ਫੜਕਣ ਕੀ, ਹੈ ਨਾ, ਪਰ ਫਿਰ ਵੀ ਜੇਕਰ ਹੈਲਪ ਕਰ ਸਕਦੇ ਹੋ, ਜਿੱਥੇ ਜਿਹੜੀ ਸਹੀ ਹੈਲਪ ਹੋਊਗੀ ਉਹ ਬਾਂਸਲ ਇਮੀਗ੍ਰੇਸ਼ਨ ਕਰ ਦਿੰਦੇ ਆ ਜੀ। ਮਤਲਬ ਅੱਜ ਦਾ ਜਿਹੜਾ ਸਬਜੈਕਟ ਆ ਜੀ, ਇਸ ਸਬਜੈਕਟ ਨੂੰ ਲੈ ਕੇ ਵੀ ਮੇਰੇ ਕੋਲ ਬਹੁਤ ਸਾਰੇ ਸਵਾਲ ਆਉਂਦੇ ਨੇ, ਬਹੁਤ ਸਾਰੇ ਲੋਕ, ਬਹੁਤ ਸਾਰੇ ਮਿੱਤਰ ਮੇਰੇ ਅਜਿਹੇ ਨੇ, ਉਹਨਾਂ ਦੇ ਵਿੱਚ ਮੈਂ ਕਹਿ ਲਾਂ ਮੇਰੇ ਛੋਟੇ ਭੈਣ ਭਰਾ ਵੀ ਅਜਿਹੇ ਨੇ ਜਿਹੜੇ ਇੱਥੇ ਆਏ ਹੋਏ ਨੇ, ਆਪਣੇ ਉਹਨਾਂ ਨੇ ਪਾਰਟਨਰਸ ਨੂੰ ਸੱਦਣਾ ਜੀ, ਆਸਟ੍ਰੇਲੀਆ ਦੇ ਵਿੱਚ ਬੁਲਾਉਣਾ, ਕਿਉਂਕਿ ਬਹੁਤ ਵੱਡਾ ਹਊਆ ਬਣਿਆ ਹੋਇਆ ਅੱਜ ਕੱਲ੍ਹ, ਇਹ ਹਊਆ ਬਣਿਆ ਹੋਇਆ ਕਿ ਆਸਟ੍ਰੇਲੀਅਨ ਇਮੀਗ੍ਰੇਸ਼ਨ ਆਪਣੇ ਬਾਰਡਰ ਆ ਜਿਹੜੇ ਹੁਣ ਪੱਕੇ ਬੰਦ ਕਰ ਰਹੇ, ਜਿਹੜੇ ਮੈਕਸੀਕੋ ਵਾਲੀ ਕੰਧ ਆ ਨਾ, ਉਹ ਉੱਥੇ ਕੰਧ ਫਿਜ਼ੀਕਲੀ ਪ੍ਰੈਕਟੀਕਲੀ ਉੱਥੇ ਹੈਗੀ ਆ, ਆਸਟ੍ਰੇਲੀਆ ਨੇ ਵੈਸੀ ਬਾਰਡਰਾਂ ਤੇ ਲਾਈ ਹੋਈ ਆ ਵੀ ਅਸੀਂ ਹੁਣ ਇੱਥੇ ਕੋਈ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਆ ਉਹ ਆਉਣ ਨਹੀਂ ਦੇਣਾ। ਪਿਛਲੇ ਹਫ਼ ਜਦੋਂ ਆਪਾਂ ਮਿਲੇ ਸੀ ਉਦੋਂ ਗੱਲਾਂ ਕੀਤੀਆਂ ਸੀ ਕਿਸ ਤਰ੍ਹਾਂ ਜਿਹੜੇ ਹੈਗੇ ਨੇ ਆਈਲੈਟਸ ਦੇ ਰੂਲ ਚੇਂਜ ਹੋ ਗਏ, ਕਿੰਨਾ ਕੁਛ ਔਖਾ ਕਰਤਾ। ਦੋਸਤੋ ਅੱਜ ਦਾ ਜਿਹੜੇ ਦੋਸਤ ਸਾਡੇ ਨਾਲ ਹੁਣ ਜੁੜੇ ਨੇ ਜਾਂ ਸਾਨੂੰ ਜਿਨ੍ਹਾਂ ਨੇ ਬਾਅਦ ਚੋਂ ਦੇਖਣਾ, ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦੇਵਾਂ ਜਿਹੜਾ ਅੱਜ ਦਾ ਟੌਪਿਕ ਹੈ ਜੀ, ਅੱਜ ਦਾ ਟੌਪਿਕ ਹੈ
ਪਾਰਟਨਰ ਵੀਜ਼ਾ, ਪਾਰਟਨਰ ਵੀਜ਼ਾ ਕੀ ਹੁੰਦਾ, ਕਿੰਨੀ ਪ੍ਰਕਾਰ ਦਾ ਹੁੰਦਾ, ਕਿਵੇਂ ਲੱਗਣਾ, ਕਿੰਨੀ ਫੀਸ ਹੈ, ਬਹੁਤ ਸਾਰੇ ਅਜਿਹੇ ਸਵਾਲ ਨੇ ਜਿਹੜੇ ਅੱਜ ਅਸੀਂ ਬਾਂਸਲ ਸਾਹਿਬ ਤੋਂ ਜਿਨ੍ਹਾਂ ਦੀ ਜਾਣਕਾਰੀ ਲੈਣੀ ਆ। ਤੁਸੀਂ ਵੀ ਸਾਡੇ ਨਾਲ ਲਾਈਵ ਜਿਹੜਾ ਜੁੜ ਸਕਦੇ ਹੋ ਜੀ। ਲਾਈਵ ਜੁੜਨ ਦੇ ਲਈ ਤੁਸੀਂ ਕੀ ਕਰਨਾ, ਸਾਡੇ ਯਾਨੀ ਕਿ ਬੋਲ ਪੰਜਾਬੀ ਨੂੰ ਦੇ ਫੇਸਬੁੱਕ ਪੇਜ ਉੱਪਰ ਜਾਓ, ਉੱਥੇ ਤੁਸੀਂ ਅੱਜ ਦਾ ਇਹ ਲਾਈਵ ਸੈਸ਼ਨ ਦੇਖੋ, ਕਲਿੱਕ ਕਰੋ ਤੇ ਲਗਾਤਾਰ ਤੁਸੀਂ ਸਵਾਲ ਜਵਾਬ ਸਾਡੇ ਨਾਲ ਕਰ ਸਕਦੇ ਹੋ ਚੱਲਦੇ ਪ੍ਰੋਗਰਾਮ ਦੇ ਵਿੱਚ। ਤੇ ਜੇਕਰ ਤੁਸੀਂ ਇਹ ਪ੍ਰੋਗਰਾਮ ਬਾਅਦ ਚੋਂ ਦੇਖ ਰਹੇ ਹੋ, ਕਿਉਂਕਿ ਕਦੇ ਹੋ ਸਕਦਾ ਤੁਸੀਂ ਕੰਮ ਕਰਦੇ ਹੋਵੋ ਇਸ ਵੇਲੇ, ਤੇ ਜੇਕਰ ਤੁਸੀਂ 3 ਅਪ੍ਰੈਲ ਨੂੰ ਅਰਾਊਂਡ 7 ਵਜੇ ਪ੍ਰੋਗਰਾਮ ਦੇਖਣਾ ਸ਼ੁਰੂ ਨਹੀਂ ਕੀਤਾ ਤਾਂ ਤੁਸੀਂ ਇਹ ਪ੍ਰੋਗਰਾਮ ਬਾਅਦ ਦੇ ਵਿੱਚ ਦੇਖ ਰਹੇ ਹੋ ਤਾਂ ਵਟਸਐਪ ਨੰਬਰ ਨੋਟ ਕਰ ਲਓ ਜੀ, 0406-660-960। ਇਸ ਨੰਬਰ 'ਤੇ ਤੁਸੀਂ ਬਾਂਸਲ ਇਮੀਗ੍ਰੇਸ਼ਨ ਦੀ ਟੀਮ ਨੂੰ ਆਪਣੀ ਇਨਕੁਆਇਰੀ, ਆਪਣਾ ਸਵਾਲ ਆ ਜਿਹੜਾ ਉਹ ਵਟਸਐਪ ਰਾਹੀਂ ਭੇਜ ਸਕਦੇ ਹੋ ਜੀ। ਜੇਕਰ ਤੁਸੀਂ ਆਪ ਆ ਕੇ ਮਿਲਣਾ ਤਾਂ ਇਹਨਾਂ ਨੂੰ ਜਿਹੜਾ ਇੱਕ ਫੋਨ ਨੰਬਰ ਹੈ 9903960212330 ਇਸ ਨੰਬਰ 'ਤੇ ਅਪੁਆਇੰਟਮੈਂਟ ਲੈ ਸਕਦੇ ਹੋ। ਜਿਹੜੇ ਮੈਲਬਨ ਦੇ ਸਾਥੀ ਨੇ ਉਹ ਜਾਣਦੇ ਨੇ ਕਿ ਮੈਲਬਨ ਸਿਟੀ ਦੇ ਵਿੱਚ ਫਲਿੰਡਰ ਸਟੇਸ਼ਨ ਵਾਲੀ ਸਟਰੀਟ ਦੇ ਉੱਪਰ ਹੀ ਇਹਨਾਂ ਦਾ ਜਿਹੜਾ ਦਫ਼ਤਰ ਹੈ ਜੀ, ਕੋਲਿਨ ਸਟਰੀਟ ਦੇ ਉੱਪਰ ਜਿਹੜਾ ਲੈਵਲ ਹੈ ਜੀ 8 ਤੇ 278। ਇਹ ਐਡਰੈਸ ਦੇ ਉੱਪਰ ਤੁਸੀਂ ਆ ਸਕਦੇ ਹੋ। ਐਡੀਲੇਡ ਵਾਲਿਓ, ਜੇਕਰ ਤੁਸੀਂ ਐਡੀਲੇਡ ਦੇ ਵਿੱਚੋਂ ਸਾਨੂੰ ਦੇਖ ਰਹੇ ਹੋ, ਬਾਂਸਲ ਇਮੀਗ੍ਰੇਸ਼ਨ ਉਹਨਾਂ ਨਾਲ ਮਿਲਣਾ, ਉੱਥੋਂ ਦਾ ਐਡਰੈਸ ਵੀ ਜਿਹੜਾ ਉਹ ਤੁਸੀਂ ਸਰਚ ਕਰ ਸਕਦੇ ਹੋ ਜਾਂ ਫਿਰ ਵਟਸਐਪ ਕਰੋ ਜੀ 0406-660-960 'ਤੇ। ਸੋ ਆਓ, ਹੁਣ ਮੈਂ ਬਹੁਤਾ ਸਮਾਂ ਨਹੀਂ ਲੈਂਦਾ, ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਸਹੀ ਸਲਾਹ ਤੇ ਸਹੀ ਜਾਣਕਾਰੀ ਉਹ ਵੀ ਮੁਫਤ ਦੇ ਵਿੱਚ ਮਿਲਣੀ ਕਿੱਥੋਂ ਆ, ਅਜੇ ਬਾਂਸਲ ਤੋਂ। ਬਾਂਸਲ, ਪਹਿਲਾਂ ਤਾਂ ਅਪਡੇਟ ਸ਼ੁਰੂ ਕਰ ਲਈਏ ਜੀ, ਕੀ 15 ਦਿਨਾਂ ਦੇ ਵਿੱਚ ਜਿਹੜੇ ਅਸੀਂ ਮਿਸ ਕਰ ਗਏ ਜੀ, ਜਿਹੜੇ ਸਾਡੇ ਲੋਕ ਨੇ, ਦਰਸ਼ਕ ਨੇ, ਉਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਜੀ। ਹਾਂਜੀ, ਸਭ ਤੋਂ ਵੱਡੀ ਅਪਡੇਟ ਤਾਂ ਨਿਊਜ਼ ਸਾਥ ਵੀ ਕਹਿੰਦੀ ਹੈ ਜੀ। ਨਿਊਜ਼ ਸਾਥ ਵਿੱਚ ਜਿਵੇਂ ਸਾਡੇ ਸਰੋਤੇ ਦਰਸ਼ਕ ਜਾਣਦੇ ਹੀ ਨੇ ਕਿ ਜਿਹੜਾ ਉਹਨਾਂ ਦਾ ਕ੍ਰਾਈਟੀਰੀਆ ਬਹੁਤ ਜ਼ਿਆਦਾ ਹਾਰਡ ਹੈ ਜੀ। ਉਹਨਾਂ ਨੇ ਕ੍ਰਾਈਟੀਰੀਆ ਕੱਢਿਆ ਸੀ ਪਾਸਵੇ 1, ਜਿਹਦੇ 'ਚ ਘੱਟੋ ਘੱਟ ਸੋ ਨਿਊਜ਼ ਸਾਥ ਵੇਲੇ 3 ਮਹੀਨੇ ਰਹਿੰਦੇ ਨੂੰ ਹੋ ਗਏ ਹੋਣੇ ਚਾਹੀਦੇ ਨੇ ਜੀ, ਤੇ ਜੇ ਆਫਸ਼ੋਰ ਦਾ ਘੱਟੋ ਘੱਟ 3 ਮਹੀਨੇ ਆਸਟ੍ਰੇਲੀਆ ਤੋਂ ਬਾਹਰ ਹੋ ਗਏ ਹੋਣੇ ਚਾਹੀਦੇ ਨੇ। ਉਸ ਤੋਂ ਇਲਾਵਾ ਇਹੀ ਹੈ ਜੀ, ਜੇ ਤੁਸੀਂ ਆਨਸ਼ੋਰ ਹੋ ਤਾਂ ਤੁਹਾਡੇ 'ਤੇ ਐਡੀਸ਼ਨਲ ਕ੍ਰਾਈਟੀਰੀਆ ਲਾਗੂ ਹੁੰਦਾ ਜੀ, ਜਿਹੜਾ ਕਿ ਸੀਗਾ 1 ਸਾਲ ਦਾ ਆਪਣੀ ਨੋਮੀਨੇਟਡ ਆਕੂਪੇਸ਼ਨ ਦੇ ਵਿੱਚ ਡੀਮਡ ਸਕਿਲਡ ਐਕਸਪੀਰੀਅੰਸ। ਸੌਖੇ ਸ਼ਬਦਾਂ 'ਚ ਵੀ ਤੁਸੀਂ ਜਿਹੜਾ ਐਕਸਪੀਰੀਅੰਸ 1 ਸਾਲ ਹੋ ਗਿਆ ਹੋਣਾ ਚਾਹੀਦਾ ਰੀਜਨਲ ਏਰੀਆ 'ਚ ਕੰਮ ਕਰਦੇ ਨੂੰ, ਅਤੇ ਜਿਹੜੀ ਤੁਹਾਡੀ ਇਨਕਮ ਆ ਉਹ ਵੀ ਟਿਸਮੈਂਟ 70,000 ਹੋਣੀ ਚਾਹੀਦੀ ਹੈ ਜੀ। ਪਰ ਹੁਣ ਨਿਊ ਸਾਊਥ ਵੇਲ ਨੇ ਥੋੜ੍ਹਾ ਜਿਹਾ ਆਪਣਾ ਸਟੈਂਡ ਸੌਫਟ ਕਰਦੇ ਹੋਏ ਇਹ ਕ੍ਰਾਈਟੀਰੀਆ 1 ਸਾਲ ਤੋਂ ਘਟਾ ਕੇ 6 ਮਹੀਨੇ ਕਰ ਦਿੱਤਾ ਜੀ। ਤਾਂ ਵੀ ਇਸ ਅ ਗੁੱਡ ਸਟੈਪ, ਅਤੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਥੋੜ੍ਹਾ ਹੋਰ ਲੀਨੀਅਰ ਕਰ ਦਿੱਤਾ ਜਾਵੇ। ਹੁਣ ਅੱਜ ਦੀ ਰਿਕੁਆਇਰਮੈਂਟ ਇਹ ਹੈ ਜੀ ਕਿ ਨਿਊ ਸਾਊਥ ਵੇਲ ਦੇ ਵਿੱਚ ਤੁਹਾਨੂੰ ਰਹਿੰਦੇ ਨੂੰ ਅਤੇ ਕੰਮ ਕਰਦੇ ਨੂੰ ਆਪਣੇ ਨੋਮੀਨੇਟ ਆਕੂਪੇਸ਼ਨ ਦੇ ਵਿੱਚ 6 ਮਹੀਨੇ ਹੋ ਗਏ ਹੋਣੇ ਚਾਹੀਦੇ ਨੇ ਜੀ। ਜਿਹੜਾ ਕੰਮ ਹੈ ਉਹ ਤੁਹਾਡਾ ਨੋਮੀਨੇਟ ਆਕੂਪੇਸ਼ਨ ਵਿੱਚ ਹੋਣਾ ਚਾਹੀਦਾ ਜੀ, ਅਤੇ ਘੱਟੋ ਘੱਟ ਤੁਹਾਡੀ ਸੈਲਰੀ ਹੈ ਜੀ 70,000 ਐਨੂਅਲੀ ਹੋਣੀ ਚਾਹੀਦੀ ਹੈ ਜੀ। ਜੇ ਪਾਰਟ ਟਾਈਮ ਕੰਮ ਕਰਦੇ ਤਾਂ ਉਹ ਪ੍ਰੋਰੇਟਡ ਹੋ ਸਕਦੀ ਹੈ ਜੀ। ਅਤੇ ਇੱਕ ਹੋਰ ਜਿਹੜੀ ਨਿਊ ਸਾਊਥ ਵੇਲ ਦੀ ਨੋਰਮਲ ਰਿਕੁਆਇਰਮੈਂਟ ਵੀ ਹੈ ਜੀ ਕਿ ਤੁਹਾਡੀ ਸਕਿੱਲ ਜਿਹੜਾ ਤੁਹਾਡਾ ਐਕਸਪੀਰੀਅੰਸ ਆ ਉਹ ਸਕਿੱਲ ਅਸੈਸਮੈਂਟ ਅਥਾਰਟੀ ਤੋਂ ਅਸੈਸ ਹੋਇਆ ਹੋਣਾ ਚਾਹੀਦਾ ਜੀ। ਸਕਿੱਲ ਅਸੈਸਮੈਂਟ ਅਥਾਰਟੀ ਤੋਂ ਅਸੈਸ ਕਰਿਆ ਹੀ ਐਕਸਪੀਰੀਅੰਸ ਇਹ ਮੰਨਦੇ ਨੇ। ਅਤੇ ਇਸ ਤੋਂ ਇਲਾਵਾ ਸਟੂਡੈਂਟਸ ਦੇ ਨੰਬਰ ਨੇ ਸਾਡੇ ਕੋਲ ਥੋੜ੍ਹੇ ਜਿਹੇ ਜਿਹੜੇ ਕਿ ਅਸੀਂ ਆਪਣੇ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹਾਂ ਜੀ। ਤਾਂ ਹੁਣ ਨਿਊਜ਼ ਆ ਰਹੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਇਸ ਟਾਈਮ ਫੈਬਰੀ 'ਚ ਆਲ ਟਾਈਮ ਹਾਈ 7 ਲੱਖ ਸਟੂਡੈਂਟ ਆਸਟ੍ਰੇਲੀਆ 'ਚ ਰਹਿ ਰਹੇ ਹੈ ਜੀ, ਜਿਹੜਾ ਕਿ ਆਲ ਟਾਈਮ ਹਾਈ ਹੈ। ਤਾਂ ਪ੍ਰੀਵੀਅਸ ਰਿਕਾਰਡ ਸੀਗਾ ਜੀ ਉਹ ਸੀਗਾ ਸੈਪਟੈਂਬਰ ਦੇ ਵਿੱਚ, ਜਿਹਦੇ 6,64,100 ਸਟੂਡੈਂਟ ਰਹਿ ਰਿਹਾ ਸੀਗਾ ਜੀ, ਅਤੇ ਇਹ ਪਿਛਲੇ ਸਾਲ ਨਾਲੋਂ 50,000 ਵੱਧਦਾ ਜੀ। ਪਰ ਐਟ ਦਾ ਸੇਮ ਟਾਈਮ 50,000 ਰਿਫਿਊਜ਼ਲ ਵੀ ਆਇਆ ਜੀ ਪਿਛਲੇ ਮਹੀਨੇ ਦੇ ਵਿੱਚ, ਜਿਹੜਾ ਕਿ ਆਲਸੋ ਆਲ ਟਾਈਮ ਹਾਈ ਹੈ ਜੀ। ਫਾਈਨੈਂਸ਼ੀਅਲ ਰਿਵਿਊ ਦੇ ਵਿੱਚ ਆਪਣੀ ਉਹ ਆਈ ਹੈ ਜੀ, ਉਹਨਾਂ ਨੇ ਆਪਣਾ ਦਿੱਤਾ ਕਿ ਆਸਟ੍ਰੇਲੀਆ ਦੇ ਜਿਹੜੇ ਨੰਬਰਸ ਆਏ ਨੇ ਇਹਦੇ ਕਰਕੇ ਜਿਹੜਾ ਵੀਜ਼ਾ ਅਪਰੂਵਲ ਰੇਟ ਆ ਉਹ 82% ਰਹੀ ਹੈ ਜੀ। ਓਵਰਆਲ ਰਿਫਿਊਜ਼ ਦੀ ਗੱਲ ਕਰ ਰਹੇ, ਇੰਡੀਆ ਤੋਂ ਤਾਂ ਹਜੇ ਵੀ ਬੜਾ ਜ਼ਿਆਦਾ ਜੀ, ਜਿਹੜਾ ਕਿ ਨੋਰਮਲ 90% ਜਦੋਂ ਹਾਇਰ ਰਹਿੰਦਾ, ਪਰ ਹੁਣ ਇਹ ਅਪਰੂਵਲ ਰੇਟ ਤਕਰੀਬਨ 82% ਹੈ ਜੀ ਓਵਰਆਲ ਜੀ। ਤਾਂ ਪਰ ਇਹੀ ਆ ਵੀ ਜਿਹੜੇ ਐਕਸ਼ਨ ਗੌਰਮੈਂਟ ਲੈ ਰਹੀ ਆ ਇਹਦੇ ਨਾਲ ਫੀਅਰ ਕੀਤਾ ਜਾ ਰਿਹਾ ਕਿ ਜਿਹੜੀ ਆਸਟ੍ਰੇਲੀਆ ਦੀ ਜਿਹੜੀ ਸਟੱਡੀ ਡੈਸਟੀਨੇਸ਼ਨ ਦੀ ਰੈਪੂਟੇਸ਼ਨ ਆ ਜੀ ਉਹ ਕਿਤੇ ਨਾ ਕਿਤੇ ਡੈਮੇਜ ਹੋ ਰਹੀ ਹੈ, ਅਤੇ ਬਹੁਤੇ ਸਟੂਡੈਂਟ ਆਸਟ੍ਰੇਲੀਆ ਵੱਲ ਨਹੀਂ ਆਉਣਾ ਚਾਹੁੰਦੇ, ਅਤੇ ਦੇ ਆਰ ਕੰਸਿਡਰਿੰਗ ਮੂਵਿੰਗ ਟੂ ਅਦਰ ਡੈਸਟੀਨੇਸ਼ਨ ਜਾਂ ਅਮੈਰੀਕਾ, ਕੈਨੇਡਾ, UK ਕੰਨੀ ਮੂਵ ਕਰ ਰਹੇ ਨੇ ਜੀ। ਤਾਂ ਇਹਦੇ ਕਰਕੇ ਸ਼ੋ ਕਰ ਰਿਹਾ ਵੀ ਘੱਟੋ ਘੱਟ 22% ਪੋਟੈਂਸ਼ੀਅਲ ਸਟੂਡੈਂਟ ਨੇ ਜਿਹੜੇ ਉਹ ਆਪਣੀ ਡੈਸਟੀਨੇਸ਼ਨ ਚੇਂਜ ਕਰ ਚੁੱਕੇ ਨੇ ਜੀ ਜੀ। ਅਤੇ ਇਕਨੋਮਿਕ ਟਾਈਮਸ ਨੇ ਵੀ ਕਿਹਾ ਵੀ ਜਿਹੜੇ ਗੌਰਮੈਂਟ ਆਪਣੇ ਕਹਿ ਲਓ ਵੀ ਫਿਗਰਸ ਇਹ ਵੀ ਆ ਕਿ ਅਸੀਂ ਜਿਹੜਾ ਨੈੱਟ ਫੋਰਕਾਸਟ ਉਹ 3,75,000 ਕਰ ਦਾਂਗੇ, ਅਤੇ ਲੌਂਗ ਟਰਮ ਲਈ 2,35,000 ਰਹਿ ਜੂ ਜੀ। ਉਹਦਾ ਕੋਈ ਵੀ ਇਸ ਤਰ੍ਹਾਂ ਦੇ ਫਿਗਰ ਤੋਂ ਲੱਗ ਨਹੀਂ ਰਿਹਾ। ਪਰ ਇਹਦੇ ਵਿੱਚ ਮੇਰੇ ਖਿਆਲ ਨਾਲ ਫਾਈਨੈਂਸ਼ੀਅਲ ਰਿਵਿਊ 'ਚ ਇਕਨੋਮਿਕ ਟਾਈਮਸ ਇੱਕ ਕ੍ਰਿਟੀਕਲ ਪੁਆਇੰਟ ਮਿਸ ਕਰ ਗਏ ਜੀ। ਇਹਦੇ ਵਿੱਚ ਜਿਹੜੇ ਬੱਚੇ 4th ਏਡ 'ਤੇ ਸੀ ਜੀ, ਤਾਂ ਜਿਹਨਾਂ ਨੇ 4th ਏਡ ਤੋਂ ਬਾਅਦ ਸਟੂਡੈਂਟ ਵੀਜ਼ਾ ਪਾਇਆ 1 ਲੱਖ ਬੱਚਾ ਜਿਹੜਾ ਸੀਗਾ
ਉਹ ਵੀ ਇਹਦੇ ਵਿੱਚ ਇਨਕਲੂਡਿਡ ਹੈ ਜੀ ਜੀ ਫੋਰਜ਼ੂਲੇਟ ਬੰਦ ਹੋ ਚੁੱਕਿਆ ਤੇ ਉਹਨਾਂ ਦਾ ਪੀਆਰ ਦਾ ਕੋਈ ਪਾਸਵੇ ਬਣਿਆ ਨਹੀਂ ਤੇ ਉਹਨਾਂ ਨੇ ਅੱਗੇ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਹੋਇਆ ਜੀ ਜੀ ਤਾਂ ਇਹਦੇ ਕਰਕੇ ਵੀ ਜਿਹੜੇ ਨੰਬਰਸ ਨੇ ਜੀ ਬਹੁਤ ਜ਼ਿਆਦਾ ਨੇ ਜੀ ਤੇ ਇਸ ਤੋਂ ਇਲਾਵਾ ਲਾਸਟਲੀ ਕੁਇਕ ਰੀਕੈਪ ਫਿਰ ਅਸੀਂ ਆਪਣੇ ਸਰੋਤੇ ਦੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਟੀਆਰ ਦੇ ਲਈ ਜਿਹੜੀ ਆਈਲੈਟਸ ਆ ਪੀਡੀ ਦੀ ਰਿਕੁਆਇਰਮੈਂਟ ਆ ਵੱਧ ਚੁੱਕੀ ਹੈ ਜੀ ਆਈਲੈਟਸ ਦੀ ਰਿਕੁਆਇਰਮੈਂਟ ਆ ਜੀ ਓਵਰਆਲ 6.5 ਬੈਂਡ ਮਿਨੀਮਮ 5.5 ਬੈਂਡ ਹੋ ਚੁੱਕੀ ਹੈ ਜੀ ਤੇ ਟੈਸਟ ਵੀ ਸਿਰਫ 1 ਸਾਲ ਲਈ ਵੈਲਿਡ ਹੋਊਗਾ ਜੀ ਤੇ ਜੇ ਅਸੀਂ ਪੀਡੀ ਦੇਣ ਬਾਰੇ ਸੋਚ ਰਹੇ ਤਾਂ ਇਹ ਥੋੜੀ ਹੋਰ ਕੰਪਲੀਕੇਟਡ ਆ ਜੀ ਪੀਡੀ ਦੇ ਵਿੱਚ ਓਵਰਆਲ ਸਕੋਰ 57 ਹੈ ਜੀ ਜਿਹਦੇ ਵਿੱਚ ਲਿਸਨਿੰਗ ਦੇ ਵਿੱਚ 43 ਰੀਡਿੰਗ ਦੇ ਵਿੱਚ 48 48 ਸਪੀਕਿੰਗ 42 42 ਤੇ ਰਾਈਟਿੰਗ ਦੇ ਵਿੱਚ ਘੱਟੋ ਘੱਟ 51 ਜਿਹੜਾ ਕਿ ਇਕੁਅਲੈਂਟ ਟੂ 6 ਹੀ ਹੈ ਜੀ 51 ਹੋਣੇ ਚਾਹੀਦੇ ਨੇ ਜੀ ਤੇ ਉਹੀ ਗੱਲ ਹੈ ਜੀ ਤੇ ਇਹਦੀ ਵੈਲਿਡਿਟੀ ਵੀ ਜਿਹੜੀ ਆਪਾਂ ਗੱਲ ਕਰੀਏ 1 ਸਾਲ ਹੈ ਜੀ ਤਾਂ ਟੀਆਰ ਦੇ ਲਈ 1 ਸਾਲ ਸਟੂਡੈਂਟ ਦੇ ਲਈ 2 ਸਾਲ ਤੇ ਪੀਆਰ ਦੇ ਲਈ 3 ਸਾਲ ਹੈ ਦੇਖੋ ਜੀ ਦੋਸਤੋ ਗੱਲ ਹੋਵੇ ਪੀਆਰ ਦੀ ਗੱਲ ਹੋਵੇ ਟੀਆਰ ਦੀ ਵਿਦਿਆਰਥੀਆਂ ਨੂੰ ਸਿਰਫ ਆਈਲੈਟਸ ਮਾਰਦੀ ਹਨਾ ਉਹ ਵੀ ਹੁਣ ਇਹਨਾਂ ਨੇ ਜਿਹੜੇ ਆ ਰੇਟ ਨੇ ਉਹ ਹੋਰ ਚੱਕਤੇ ਜੀ ਜਿਹੜੇ ਅੰਕ ਨੇ ਉਹ ਹੋਰ ਵਧਾਤੇ ਮੇਰਾ ਤਾਂ ਜਦੋਂ ਬੰਸ ਸਾਹਿਬ ਦੱਸ ਰਹੇ ਸੀ ਮੇਰਾ ਤਾਂ ਧਿਆਨ ਮੇਰਾ ਤਾਂ ਪਰਮਾਤਮਾ ਦੇ ਅੱਗੇ ਚਲਿਆ ਗਿਆ ਮੈਂ ਕਿਹਾ ਵਾਹਿਗੁਰੂ ਤੇਰਾ ਸ਼ੁਕਰ ਹੈ ਕਿ ਸਾਡੇ ਵੇਲੇ ਜਿਹੜੀਆਂ ਟੀਆਰਾਂ ਪੀਆਰਾਂ ਸੀ ਸੌਖੀਆਂ ਪੈ ਗਈਆਂ ਜਿਹੜੇ ਨੰਬਰ ਸੀਗੇ ਉਹ ਸਾਨੂੰ ਮੈਨੂੰ ਤਾਂ ਨਹੀਂ ਲੈਣੇ ਪਏ ਮੇਰੇ ਪਾਰਟਨਰ ਨੂੰ ਲੈਣੇ ਪਏ ਸੋ ਬੰਸ ਸਾਹਿਬ ਹੁਣ ਪਾਰਟਨਰ ਦੀ ਜਦੋਂ ਗੱਲ ਚੱਲੀ ਹੈ ਬਹੁਤ ਸਾਰੇ ਆਪਣੇ ਸਾਥੀ ਜਿਹੜੇ ਸਾਨੂੰ ਦੇਖ ਰਹੇ ਨੇ ਉਹ ਵੀ ਡਿਪੈਂਡੈਂਟ ਨੇ ਜੀ ਆਪਣੇ ਪਾਰਟਨਰ ਤੇ ਬਿਲਕੁਲ ਕਈਆਂ ਨੇ ਇਹ ਜਿਹੜਾ ਚੱਕਰ ਵੀ ਬਣਾਇਆ ਸੀਗਾ ਉਹ ਤੋੜ ਲਿਆ ਤੋੜ ਕੇ ਆਪਣੀਆਂ ਟੀਆਰਾਂ ਪੀਆਰਾਂ ਪਾ ਲਈਆਂ ਹੁਣ ਇੰਡੀਆ ਦੇ ਵਿੱਚ ਜਾ ਕੇ ਚੰਗੇ ਘਰ ਪਰਿਵਾਰ ਉਹਨਾਂ ਨੇ ਬਣਾ ਲਏ ਤੇ ਉੱਥੇ ਜਾ ਕੇ ਹੁਣ ਵਿਆਹ ਕਰਵਾ ਲਏ ਵਿਆਹ ਤੋਂ ਬਾਅਦ ਉਹਨਾਂ ਨੇ ਪਾਰਟਨਰ ਨੂੰ ਇੱਥੇ ਲੈ ਕੇ ਆਉਣਾ ਹੁਣ ਉਹ ਵੀ ਇੱਕ ਰਿੜਕਣਾ ਜਾ ਰਹੀ ਆ ਪਰ ਇਸ ਤੋਂ ਪਹਿਲਾਂ ਆਪਾਂ ਡਿਟੇਲਸ ਦੇ ਵਿੱਚ ਅੱਗੇ ਵਧੀਏ ਜੀ ਸਿੰਪਲ ਜਿਹੜਾ ਕੁਐਸਚਨ ਹੈ ਜੀ ਉਹ ਆਪਾਂ ਇਹ ਕਲੀਅਰ ਕਰੀਏ ਕਿ ਪਾਰਟਨਰ ਵੀਜ਼ਾ ਅਸਲ ਦੇ ਵਿੱਚ ਚੀਜ਼ ਕੀ ਹੈ ਹੁਣ ਪਾਰਟਨਰ ਤਾਂ ਮੈਂ ਕਹਾਂ ਜੀ ਪਾਠਕ ਸਾਹਿਬ ਮੇਰੇ ਬਿਜ਼ਨਸ ਪਾਰਟਨਰ ਨੇ ਜੀ ਮੈਂ ਤੁਸੀਂ ਮੈਨੂੰ ਕਹੋਗੇ ਮੈਂ ਤੁਹਾਡਾ ਮੀਡੀਆ ਪਾਰਟਨਰ ਹਾਂ ਅਸਲ ਪਾਰਟਨਰ ਵੀਜ਼ਾ ਹੈ ਕੀ ਹੈ ਜੀ ਹਾਂਜੀ ਡਾਕਟਰ ਸਾਹਿਬ ਬੜੀ ਕੁਐਸਚਨ ਪੁੱਛਿਆ ਜੀ ਪਾਰਟਨਰ ਵੀਜ਼ਾ ਹੈਗਾ ਜੀ ਤੁਸੀਂ ਆਪਣੇ ਪਾਰਟਨਰ ਨੂੰ ਹਸਬੈਂਡ ਨੂੰ ਜਾਂ ਵਾਈਫ ਨੂੰ ਬੁਲਾਉਣਾ ਚਾਹੁੰਦੇ ਹੋ ਜੀ ਜਾਂ ਉਹਨੂੰ ਆਪਣੇ ਨਾਲ ਆਪਣੇ ਵੀਜ਼ੇ ਤੇ ਕਰਨਾ ਚਾਹੁੰਦੇ ਹੋ ਪਰ ਜਿਹੜਾ ਪਾਰਟਨਰ ਵੀਜ਼ਾ ਉਹ ਸਪੈਸੀਫਿਕਲੀ ਸਿਰਫ ਪਰਮਨੈਂਟ ਰੈਜ਼ੀਡੈਂਟ ਜਾਂ ਪੀਆਰ ਬੰਦਿਆਂ ਦੇ ਲਈ ਹੈ ਜੀ ਜੀ ਜਿਹੜੇ ਜਿਹੜਾ ਐਕਚੁਅਲ ਪਾਰਟਨਰ ਵੀਜ਼ਾ ਜਿਹਦੀ ਆਪਾਂ ਗੱਲ ਵੀ ਕਰਨੀ ਹੈ ਜਾਂ ਪਾਰਟਨਰ ਵੀਜ਼ਾ ਜਿਹੜੀ ਆਸਟ੍ਰੇਲੀਅਨ ਇਮੀਗ੍ਰੇਸ਼ਨ ਟਰਮੀਨੋਲੋਜੀ ਵੀ ਹੈ ਉਹ ਆਸਟ੍ਰੇਲੀਅਨ ਪੀਆਰ ਜਾਂ ਸਿਟੀਜ਼ਨ ਬੰਦਿਆਂ ਦੇ ਲਈ ਹੈ ਜੀ ਜੀ ਉਸ ਤੋਂ ਇਲਾਵਾ ਜੇ ਤੁਸੀਂ ਟੈਂਪਰੇਰੀ ਵੀਜ਼ੇ ਤੇ ਹੋ ਤਾਂ ਤਕਰੀਬਨ ਉਹਦਾ ਨਾਮ ਸਬਸੀਕੁਐਂਟ ਐਂਟਰਿੰਗ ਵੀਜ਼ਾ ਹੁੰਦਾ ਜੀ ਤਾਂ ਜਦ ਆਪਾਂ ਪਾਰਟਨਰ ਵੀਜ਼ੇ ਦੀ ਗੱਲ ਕਰਦੇ ਹਾਂ ਤਾਂ ਮਤਲਬ ਤੁਸੀਂ ਉਹਦੇ ਪਰਮਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਹੋ ਤੇ ਤੁਸੀਂ ਆਪਣੇ ਹਸਬੈਂਡ ਵਾਈਫ ਨੂੰ ਬੁਲਾਉਣਾ ਚਾਹੁੰਦੇ ਹੋ ਜੀ ਤਾਂ ਪਾਰਟਨਰ ਵੀਜ਼ਾ ਜੇ ਤੁਸੀਂ ਟੀਆਰ ਤੇ ਹੋ ਤਾਂ ਤੁਸੀਂ ਪਾਰਟਨਰ ਵੀਜ਼ਾ ਨਹੀਂ ਅਪਲਾਈ ਕਰਦੇ ਤੁਸੀਂ 485 ਸਬਸੀਕੁਐਂਟ ਐਂਟਰਡ ਅਪਲਾਈ ਕਰਦੇ ਹੋ ਸਟੂਡੈਂਟ ਵੀਜ਼ੇ ਵਾਲੇ ਸਟੂਡੈਂਟ ਸਬਸੀਕੁਐਂਟ ਐਂਟਰਿੰਗ ਵੀਜ਼ਾ ਅਪਲਾਈ ਕਰਦੇ ਨੇ ਜੀ 482 ਵਾਲੇ 482 ਸਬਸੀਕੁਐਂਟ ਐਂਟਰਿੰਗ ਵੀਜ਼ਾ ਅਪਲਾਈ ਕਰਦੇ ਨੇ ਤਾਂ ਇਹ ਕਰੈਕਟ ਟਰਮੀਨੋਲੋਜੀ ਆ ਪਰ ਆਪਣੇ ਸਪਾਊਸ ਵੀਜ਼ਾ ਪਾਰਟਨਰ ਵੀਜ਼ਾ ਕਿਹਾ ਜਾਂਦਾ ਪਰ ਜਿਹੜੀ ਲੀਗਲ ਟਰਮੀਨੋਲੋਜੀ ਜਿਹੜੀ ਮਾਈਗ੍ਰੇਸ਼ਨ ਦੀ ਟਰਮੀਨੋਲੋਜੀ ਆ ਜੀ ਉਹਦੇ ਵੀ ਜਿਹੜਾ ਪਾਰਟਨਰ ਵੀਜ਼ਾ ਜੀ ਸਿਰਫ ਪਰਮਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਵਿੱਚ ਹੀ ਹੁੰਦਾ ਜੀ ਇਹੀ ਆਪਣਾ ਅੱਜ ਦਾ ਟੌਪਿਕ ਹੈ ਬਿਲਕੁਲ ਜੀ ਸੋ ਸੁਸ਼ੀਲ ਕੁਮਾਰ ਗੋਇਲ ਜੀ ਜੇਕਰ ਤੁਸੀਂ ਦੇਖਦੇ ਸੁਣਦੇ ਹੋਵੋ ਤਾਂ ਇਹ ਗੱਲ ਕਲੀਅਰ ਹੋ ਗਈ ਜਿਹੜਾ ਪਾਰਟਨਰ ਵੀਜ਼ਾ ਉਹ ਆਪਦੇ ਹਸਬੈਂਡ ਜਾਂ ਵਾਈਫ ਨੂੰ ਕਿਉਂਕਿ ਮੈਂ ਜਦੋਂ ਅੱਜ ਆਉਣ ਲੱਗਿਆ ਸੀਗਾ ਜੀ ਮੈਨੂੰ ਸੁਸ਼ੀਲ ਜੀ ਦਾ ਫੋਨ ਆਇਆ ਸਾਡੇ ਬਹੁਤ ਪਿਆਰੇ ਮਿੱਤਰ ਨੇ ਉਹ ਕਹਿੰਦੇ ਢਿੱਲੋਂ ਸਾਹਿਬ ਵੀ ਪਾਰਟਨਰ ਵੀਜ਼ੇ ਬਾਰੇ ਇੱਕ ਮੇਰਾ ਵੀ ਸਵਾਲ ਹੈ ਮੈਂ ਕਿਹਾ ਕੀ ਕਹਿੰਦੇ ਮੈਂ ਆਪਦੇ ਪਾਰਟਨਰ ਨੂੰ ਸੱਦਣਾ ਮੈਂ ਕਿਹਾ ਅੰਕਲ ਵੀ ਆਂਟੀ ਤਾਂ ਇੱਥੇ ਨੇ ਕਹਿੰਦੇ ਨਹੀਂ ਨਹੀਂ ਮੈਂ ਆਪਦੇ ਪਾਰਟਨਰ ਨੂੰ ਸੱਦਣਾ ਮੈਂ ਭੇਜਨੇ ਸਮਝਿਆ ਉਹ ਕਹਿੰਦੇ ਮੈਂ ਆਪਦੇ ਸਾਡੀ ਦੁਕਾਨ ਤੇ ਸਾਡਾ ਪਾਰਟਨਰ ਰਾਜ ਦੀ ਦੁਕਾਨ ਦੇ ਵਿੱਚ ਉਹਨੂੰ ਸੱਦਣਾ ਮੈਂ ਕਿਹਾ ਵੀ ਪਹਿਲਾਂ ਇਹ ਸਵਾਲ ਕਲੀਅਰ ਕਰ ਲਈਏ ਸੋ ਪਾਰਟਨਰ ਵੀਜ਼ਾ ਦੋਸਤੋ ਆਪਣੇ ਵਾਈਫ ਜਾਂ ਆਪਣੇ ਹਸਬੈਂਡ ਨੂੰ ਇੱਥੇ ਬੁਲਾਉਣਾ ਹੁਣ ਇਹਦੀ ਗੱਲ ਕਰ ਲਈਏ ਵੀ ਇਹਦੇ ਵਿੱਚ ਵੀ ਕੋਈ ਨਾ ਕੋਈ ਕੈਟੇਗਰੀਜ਼ ਜਾਂ ਕੋਈ ਟਾਈਪਸ ਹੁੰਦੀਆਂ ਹੁਣ ਹਾਂਜੀ ਪਾਰਟਨਰ ਵੀਜ਼ਾ ਤਕਰੀਬਨ ਮੋਟਾ ਮੋਟਾ ਦੋ ਤਰੀਕੇ ਦਾ ਹੁੰਦਾ ਜੀ ਇੱਕ ਹੁੰਦਾ ਜੀ ਆਨਸ਼ੋਰ ਪਾਰਟਨਰ ਵੀਜ਼ਾ ਜਦੋਂ ਤੁਹਾਡਾ ਪਾਰਟਨਰ ਜਿਹੜਾ ਹੈਗਾ ਜੀ ਹਸਬੈਂਡ ਜਾਂ ਵਾਈਫ ਆਸਟ੍ਰੇਲੀਆ ਦੇ ਵਿੱਚ ਕਿਸੇ ਵੈਲਿਡ ਵੀਜ਼ੇ ਦੇ ਉੱਤੇ ਜੀ ਜਾਂ ਦੂਜਾ ਹੈਗਾ ਆਫਸ਼ੋਰ ਪਾਰਟਨਰ ਵੀਜ਼ਾ ਜਿਹੜਾ ਤੁਹਾਡਾ ਜਿਹੜਾ ਪਾਰਟਨਰ ਹੈ ਜੀ ਆਸਟ੍ਰੇਲੀਆ ਦੇ ਵਿੱਚ ਨਹੀਂ ਹੈਗਾ ਆਸਟ੍ਰੇਲੀਆ ਤੋਂ ਬਾਹਰ ਇੰਡੀਆ ਜਾਂ ਕਿਸੇ ਵੀ ਹੋਰ ਕੰਟਰੀ ਵਿੱਚ ਹੈਗਾ ਜੀ ਤਾਂ ਦੋਨੇ ਸਬ ਕਲਾਸ ਹੈ ਜਿਹੜਾ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਤੁਸੀਂ ਪਾਉਂਦੇ ਹੋ ਤਾਂ 820 ਹੈ ਜੀ ਤੇ 801 ਤੇ ਆਫਸ਼ੋਰ ਹੈਗੇ ਪਾਉਂਦੇ ਹੋ 309 ਤੇ 100 ਹੈ ਜੀ ਇਸ ਤੋਂ ਇਲਾਵਾ ਇੱਕ ਵੀਜ਼ਾ ਹੁੰਦਾ ਜੀ ਪ੍ਰੋਸਪੈਕਟਿਵ ਮੈਰਿਜ ਵੀਜ਼ਾ ਕਿਉਂਕਿ ਦੇਖੋ ਢਿੱਲੋਂ ਸਾਹਿਬ ਤੁਸੀਂ ਦੇਖਦੇ ਹੋ ਮੰਗਣੀ ਹੋ ਗਈ ਵਿਆਹ ਨੂੰ ਹਜੇ ਟਾਈਮ ਆ ਜੀ ਸਾਲ ਮੰਗ ਲਿਆ 1.5 ਸਾਲ ਲੈ ਲਿਆ ਜੀ ਜੀ ਤਾਂ ਉਹਦੇ ਕਰਕੇ ਆਪਣਾ ਤਾਂ ਉਹਦੇ ਲਈ ਹੁੰਦਾ ਸਬ ਕਲਾਸ 300 ਜਿਹਨੂੰ ਕਹਿੰਦੇ ਆ ਪ੍ਰੋਸਪੈਕਟਿਵ ਮੈਰਿਜ ਵੀਜ਼ਾ ਜੀ ਜੀ ਇਹ ਜਿਹੜਾ ਮੈਰਿਜ ਜਿਹੜਾ ਇਹ ਪ੍ਰੋਸਪੈਕਟਿਵ ਮੈਰਿਜ ਵੀਜ਼ਾ 300 ਸਬ ਕਲਾਸ ਆ ਜੀ ਇਹ ਸਿਰਫ ਉਦੋਂ ਪੈਂਦੇ ਜਦੋਂ ਤੁਹਾਡਾ ਪਾਰਟਨਰ ਆਸਟ੍ਰੇਲੀਆ ਤੋਂ ਬਾਹਰ ਆ ਜੀ ਜੀ ਤੇ ਉਹ ਤੁਸੀਂ ਉਹਦੇ ਨਾਲ ਮੰਗਣੀ ਕਰਾ ਲਈ ਫਿਜ਼ੀਕਲੀ ਇੱਕ ਵਾਰ ਉਹਨੂੰ ਮਿਲ ਚੁੱਕੇ ਹੋ ਮੰਗਣੀ ਜੇ ਨਹੀਂ ਵੀ ਕਰਾਈ ਬਟ ਯੂ ਆਰ ਇਨ ਕਾਈਂਡ ਆਫ ਅ ਰਿਲੇਸ਼ਨਸ਼ਿਪ ਆਲਰੇਡੀ
ਤੇ ਉਸ ਤੋਂ ਬਾਅਦ ਤੁਸੀਂ ਉਹ ਏ ਵੀਜ਼ਾ ਮਿਲਦਾ ਤੇ ਉਰੇ ਆ ਕੇ ਫਿਰ ਉਹ A-0 ਅਪਲਾਈ ਕਰ ਲੈਂਦਾ ਜੀ। ਤਾਂ ਤਕਰੀਬਨ ਤਿੰਨ ਤਰ੍ਹਾਂ ਦਾ ਕਹਿ ਸਕਦੇ ਨੇ ਆਨਸ਼ੋਰ, ਆਫਸ਼ੋਰ ਤੇ ਪ੍ਰੋਸਪੈਕਟਿਵ ਮੈਰਿਜ ਵੀਜ਼ਾ ਜੀ। ਜੀ ਸੋ ਬਿਲਕੁਲ ਜੀ, ਜਿਹੜੇ ਵੀਜ਼ਾ ਨੇ ਉਹ ਵੀਜ਼ੇ ਦੀਆਂ ਜਿਹੜੀਆਂ ਟਾਈਪਸ ਨੇ ਉਹਨਾਂ ਬਾਰੇ ਬਾਂਸਲ ਸਾਹਿਬ ਜਾਣਕਾਰੀ ਦੇ ਰਹੇ ਸੀਗੇ। ਜਿਹੜੇ ਦੋਸਤ ਸਾਡੇ ਨਾਲ ਹੁਣ ਜੁੜੇ ਨੇ ਉਹਨਾਂ ਦੀ ਜਾਣਕਾਰੀ ਲਈ ਮੈਂ ਦੱਸ ਦੇਵਾਂ ਕਿ ਅੱਜ ਜਾਣੀ ਕਿ ਮਿਤੀ 3 ਅਪ੍ਰੈਲ ਨੂੰ ਅਸੀਂ ਬੈਠੇ ਹਾਂ ਜੀ ਬਾਂਸਲ ਇਮੀਗ੍ਰੇਸ਼ਨ ਦੇ ਦਫ਼ਤਰ ਮੈਲਬਨ ਦੇ ਵਿੱਚ। ਅਸੀਂ ਲਾਈਵ ਹਾਂ ਜੀ ਆਪਣੇ ਇਨਫੋ ਸੈਸ਼ਨ ਜਿਹੜਾ ਕਿ ਇਮੀਗ੍ਰੇਸ਼ਨ ਮਾਮਲਿਆਂ ਦੇ ਨਾਲ ਸੰਬੰਧਿਤ ਹੁੰਦਾ, ਤੇ ਸਾਡੇ ਨਾਲ ਅਜੇ ਕੁਮਾਰ ਜਿਹੜੇ ਕਿ ਜਾਣਕਾਰੀ ਦੇ ਰਹੇ ਨੇ ਤੁਹਾਨੂੰ ਪਾਰਟਨਰ ਵੀਜ਼ੇ ਬਾਰੇ ਕਿ ਪਾਰਟਨਰ ਵੀਜ਼ਾ ਕਿੰਨੀ ਪ੍ਰਕਾਰ ਦਾ ਹੁੰਦਾ, ਪਾਰਟਨਰ ਵੀਜ਼ਾ ਕੌਣ ਪਾ ਸਕਦਾ। ਵੱਡੀ ਮੋਟੀ ਜੀ ਗੱਲ ਇਹ ਆ ਕਿ ਜਿਹੜਾ ਪਾਰਟਨਰ ਵੀਜ਼ਾ ਉਹ ਹਸਬੈਂਡ ਜਾਂ ਵਾਈਫ ਆਪਣੇ ਪਾ ਸਕਦੀ ਹੈ, ਅਤੇ ਜੇਕਰ ਤੁਸੀਂ ਆਸਟ੍ਰੇਲੀਆ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਟ ਹੋ ਤਾਂ ਤੁਸੀਂ ਆਪਣੇ ਪਾਰਟਨਰ ਨੂੰ ਬੁਲਾ ਸਕਦੇ ਹੋ। ਇਸ ਤੋਂ ਇਲਾਵਾ ਹੋਰ ਅੱਗੇ ਜਾ ਕੇ ਅਸੀਂ ਜਿਹੜੀ ਇਹਨਾਂ ਤੋਂ ਜਾਣਕਾਰੀ ਲੈਣੀ ਹੈ ਕਿ ਕਿਹੜੀਆਂ ਕਿਹੜੀਆਂ ਹੋਰ ਡਿਟੇਲਸ, ਕਿਹੜੀਆਂ ਕਿਹੜੀਆਂ ਹੋਰ ਰਿਕੁਆਇਰਮੈਂਟਸ ਨੇ ਜਿਹੜੀਆਂ ਸਾਨੂੰ ਚਾਹੀਦੀਆਂ ਨੇ। ਬਸ ਇਹ ਤਾਂ ਹੁਣ ਗੱਲਾਂ ਹੋ ਗਈਆਂ, ਜਿਵੇਂ ਹੁਣ ਤੁਸੀਂ ਦੱਸਿਆ ਕਿ ਇੱਕ ਜਿਹੜੀ ਕੈਟੇਗਰੀ ਆ ਉਹ ਹੈਗੀ ਆ 820। ਹੁਣ ਇਹ 820 ਦੀਆਂ ਜੀ ਆਪਾਂ ਰਿਕੁਆਇਰਮੈਂਟ ਜਾਣੀਆਂ, ਹੁਣ ਉਹ ਕੀ ਹੈ ਜੀ? 820 ਦੀ ਸਭ ਤੋਂ ਪਹਿਲੀ ਰਿਕੁਆਇਰਮੈਂਟ ਇਹੀ ਹੈ ਜੀ ਕਿ ਤੁਸੀਂ ਤੁਹਾਡਾ ਪਾਰਟਨਰ ਹੋਵੇ ਜੀ, ਜਿੱਦਾਂ ਤੁਸੀਂ ਵਿਆਹੇ ਜਾਂ ਤੁਸੀਂ ਡਿਫੈਕਟੋ ਰਿਲੇਸ਼ਨਸ਼ਿਪ ਵਿੱਚ ਹੋਵੋ ਜੀ। ਜੀ। ਅਤੇ ਦੂਸਰੀ ਗੱਲ ਹੈ ਜਿਹੜਾ ਤੁਹਾਡਾ ਪਾਰਟਨਰ ਆਸਟ੍ਰੇਲੀਆ ਵਿੱਚ ਹੋਣਾ ਚਾਹੀਦਾ ਜੀ। ਜੀ। ਓਵਰ 18 ਹੋਣਾ ਚਾਹੀਦਾ ਓਬਵੀਅਸਲੀ ਜੀ, ਅਤੇ ਬੇਸਿਕ ਅਤੇ ਉਹ ਕਿਸੇ ਵੀਜ਼ੇ ਦੇ ਉੱਤੇ ਹੋਣਾ ਚਾਹੀਦਾ ਜੀ। ਸਬਸਟੈਂਟਿਵ ਵੀਜ਼ੇ ਤੇ ਹੋਊਗਾ ਜੀ ਤਾਂ ਉਹ 820 ਵੀਜ਼ਾ ਅਪਲਾਈ ਕਰ ਸਕਦਾ। ਜੇ ਨਹੀਂ ਵੀ ਹੈਗਾ ਫਿਰ ਵੀ ਵੀਜ਼ਾ ਅਪਲਾਈ ਕਰ ਸਕਦਾ, ਬਟ ਵਿਦ ਦੈਨ ਦੇ ਇਜ਼ ਅ ਥਿੰਗ ਕਾਲਡ ਸਕੈਡਿਊਲ 3 ਜਿਹਦੇ ਬਾਰੇ ਆਪਾਂ ਅੱਗੇ ਗੱਲ ਕਰਾਂਗੇ ਜੀ। ਜੀ। ਤਾਂ ਸਕੈਡਿਊਲ 3 ਉਹਦੇ ਤੇ ਅਪਲਾਈ ਹੁੰਦਾ ਜੀ। ਤਾਂ ਐਜ਼ ਲੌਂਗ ਐਜ਼ ਤੁਹਾਡਾ ਪਾਰਟਨਰ ਆ ਜੀ ਆਸਟ੍ਰੇਲੀਆ ਦੇ ਵਿੱਚ ਹੈ, ਕਿਸੇ ਵੀਜ਼ੇ ਦਾ ਜਾਂ ਬਿਨਾਂ ਵੀਜ਼ੇ ਦੇ ਵੀ ਹੈਗਾ ਜੀ, 18 ਸਾਲ ਪਲੱਸ ਆ ਤੇ ਤੁਹਾਡੇ ਕੋਲ ਤੁਸੀਂ ਆਪਣੇ ਰਿਲੇਸ਼ਨਸ਼ਿਪ ਦੇ ਵਿੱਚ ਹੋ, ਤਾਂ ਤੁਸੀਂ ਇਹ ਪਾਰਟਨਰ ਵੀਜ਼ਾ ਅਪਲਾਈ ਕਰ ਸਕਦੇ ਹੋ ਜੀ, 820 ਵਾਲਾ ਅਪਲਾਈ ਕਰ ਸਕਦੇ ਹੋ। ਜੀ ਬਿਲਕੁਲ। ਸੋ ਜਿਹੜਾ 820 ਵੀਜ਼ਾ ਜੀ ਉਸ ਦੇ ਵੀ ਕੀ ਕੀ ਰਿਕੁਆਇਰਮੈਂਟਸ ਨੇ ਇਸ ਦੇ ਬਾਰੇ ਜਿਹੜੀ ਜਾਣਕਾਰੀ ਆ ਬਾਂਸਲ ਸਾਹਿਬ ਦੇ ਰਹੇ ਸੀਗੇ। ਬਾਂਸਲ ਹੁਣ ਜਦੋਂ ਆਪਾਂ ਗੱਲ ਕਰਦੇ ਨੇ, ਤੁਸੀਂ ਇੱਕ ਸ਼ਬਦ ਵਰਤਿਆ, ਮੈਂ ਲਿਖ ਵੀ ਰਿਹਾ ਸੀਗਾ ਕਿ ਮੈਰਿਡ ਔਰ ਡਿਫੈਕਟੋ। ਹਾਂਜੀ। ਹੁਣ ਇਹਦੇ ਵਿੱਚ ਅੰਤਰ ਸਮਝਾਓ ਜੀ। ਹੁਣ ਕਈ ਵਾਰੀ ਸਾਨੂੰ ਵੀ, ਅਸੀਂ ਵੀ ਜਦੋਂ ਆਸਟ੍ਰੇਲੀਆ ਦੀ ਜਦੋਂ PR ਸਿਟੀਜ਼ਨ ਲਈ ਨਾ, ਸਾਨੂੰ ਉੱਥੇ ਆ ਜਾਂਦਾ ਵੀ ਤੁਹਾਡਾ ਸਟੇਟਸ ਕੀ ਆ, ਮਾਰਸ਼ਲ ਸਟੇਟ ਕੀ ਆ ਜੀ, ਉਹਦੇ ਵਿੱਚ ਤੁਸੀਂ ਮੈਰਿਡ ਔਰ ਡਿਫੈਕਟੋ ਹੋ ਨਾ। ਹੁਣ ਉੱਥੇ ਅਸੀਂ ਬੋਂਦਲ ਜਾਂਦੇ ਹਾਂ ਵੀ ਹੁਣ ਮੈਂ ਡਿਫੈਕਟੋ ਕੀ ਹੋਇਆ, ਹੈ ਨਾ, ਵੀ ਉਹ ਇੱਕ ਜੇ ਮੈਂ ਮੂਹਰੇ ਮੈਰਿਡ ਨਾਂ ਲਿਖਿਆ ਹੋਵੇ ਨਾ, ਮੇਰੇ ਵਰਗਾ 20 ਸਾਲ ਨਾਲ ਪਤਾ ਕਰ ਸਕਦੇ ਵੀ ਡਿਫੈਕਟੋ ਕੀ ਚੀਜ਼ ਹੁੰਦੀ ਆ। ਹੁਣ ਇਹ ਸਮਝਾਓ ਜੀ ਇਹਨਾਂ ਦੋਨਾਂ ਦੇ ਵਿੱਚ ਅੰਤਰ ਕੀ ਆ, ਮੈਰਿਡ ਤੇ ਡਿਫੈਕਟੋ ਦੇ ਵਿੱਚ? ਦੇਖੋ ਜੀ, ਮੈਰਿਡ ਤੇ ਡਿਫੈਕਟੋ ਇੱਕ ਲੀਗਲ ਟਰਮੀਨੋਲੋਜੀ ਹੈ ਤੁਹਾਡੇ ਰਿਲੇਸ਼ਨਸ਼ਿਪ ਦੀ ਜੀ। ਮੈਰਿਡ ਦੇ ਵਿੱਚ ਜੇ ਅਸੀਂ ਇਮੀਗ੍ਰੇਸ਼ਨ ਪੁਆਇੰਟ ਆਫ ਵਿਊ ਤੋਂ ਲਾਈਏ ਤਾਂ ਐਜ਼ ਲੌਂਗ ਐਜ਼ ਇਹਦੀ ਇੱਕ ਟੈਕਨੀਕਲ ਟਰਮ ਆ ਜੀ, ਮਿਊਚੁਅਲ ਕਮਿਟਮੈਂਟ ਵਿਦ ਯੋਰ ਸਪਾਊਸ ਔਰ ਸਪਾਊਸ ਟੂ ਦ ਐਕਸਕਲੂਜਨ ਆਫ ਆਲ ਅਦਰਸ ਜੀ। ਤਾਂ ਬੇਸਿਕਲੀ ਤੁਹਾਡੇ ਤੇ ਤੁਹਾਡੇ ਸਪਾਊਸ ਦੇ ਐਕਸਕਲੂਸਿਵ ਰਿਲੇਸ਼ਨਸ਼ਿਪ ਆ ਤੇ ਤੁਸੀਂ ਤੇ ਤੁਹਾਡਾ ਸਪਾਊਸ, ਉਸ ਤੋਂ ਇਲਾਵਾ ਹੋਰ ਕਿਸੇ ਨਾਲ ਵੀ ਕਿਸੇ ਤਰ੍ਹਾਂ ਦੀ ਵੀ ਰਿਲੇਸ਼ਨਸ਼ਿਪ ਵਿੱਚ ਪਾਰਟਨਰ ਲਾਈਕ ਰਿਲੇਸ਼ਨਸ਼ਿਪ ਵਿੱਚ ਨਹੀਂ ਹੈਗੇ ਜੀ। ਜਿਹੜਾ ਰਿਲੇਸ਼ਨਸ਼ਿਪ ਆ ਜੀ ਉਹ ਜੈਨੂਇਨ ਹੈ ਤੇ ਕੰਟੀਨਿਊਇੰਗ ਹੈ, ਜੈਨੂਇਨ ਵੀ ਹੈ ਤੇ ਹਜੇ ਅੱਗੇ ਚੱਲੂਗਾ ਵੀ, ਇਹ ਨਹੀਂ ਹੈ ਕਿ ਖਤਮ ਹੋ ਚੁੱਕਿਆ ਜੀ। ਜੀ। ਤੇ ਤੁਸੀਂ ਇਕੱਠੇ ਰਹਿੰਦੇ ਹੋ, ਜੇ ਅੱਡੜ ਵੀ ਰਹਿੰਦੇ ਹੋ ਤਾਂ ਟੈਂਪਰੇਰੀ ਤੌਰ ਤੇ ਵੀ, ਜੇ ਕੋਈ ਬੰਦਾ ਚਲੋ ਆਫ ਦ ਗ੍ਰਿਡ ਕਰਦਾ ਇੰਟਰਸਟਿਡ ਜੋਬ ਕਰਦਾ ਤਾਂ ਆਉਣਾ ਜਾਣਾ ਪੈਂਦਾ, ਪਰ ਟੈਂਪਰੇਰੀ ਤੌਰ ਤੇ ਅੱਡੜ ਰਹਿੰਦੇ, ਪਰ ਪਰਮਾਨੈਂਟਲੀ ਤੁਹਾਡਾ ਹਾਊਸ ਜਿਹੜਾ ਘਰ ਇਕੱਠਾ ਹੀ ਹੈ ਜੀ। ਤੇ ਤੁਸੀਂ ਇਟਸ ਅਨਦਰ ਥਿੰਗ, ਮਤਲਬ ਕਿ ਵਿੱਚ ਯੂ ਆਰ ਨੋਟ ਰਿਲੇਟਡ ਬਾਈ ਫੈਮਿਲੀ, ਤਾਂ ਯੂ ਕੈਨ ਨੋਟ ਗੈਟ ਮੈਰਿਡ ਟੂ ਯੋਰ ਸਿਸਟਰ ਸਮਥਿੰਗ, ਇਹ ਲੀਗਲ ਰਿਕੁਆਇਰਮੈਂਟ ਨੇ ਜੀ। ਤਾਂ ਡਿਫੈਕਟੋ ਦੇ ਵਿੱਚ ਵੀ ਸੇਮ ਆ ਜੀ, ਬਟ ਤੁਸੀਂ ਜੇ ਵਿਆਹ ਨਹੀਂ ਕਰਵਾਉਂਦੇ ਪਰ ਤੁਸੀਂ ਇਹ ਸਾਰੀਆਂ ਚੀਜ਼ਾਂ ਕਰਦੇ ਹੋ ਤਾਂ ਤੁਹਾਡਾ ਰਿਲੇਸ਼ਨਸ਼ਿਪ ਡਿਫੈਕਟੋ ਮੰਨਿਆ ਜਾਂਦਾ ਜੀ, ਕਿਉਂਕਿ ਅੱਜ ਕੱਲ੍ਹ ਹੁਣ ਨਵੀਂ ਚੀਜ਼ ਆ ਬੜੀ ਨਵੀਆਂ ਉਹ ਨੇ, ਤਾਂ ਉਹਦੇ ਵਿੱਚ ਜੇ ਤੁਸੀਂ ਵਿਆਹ ਨਹੀਂ ਕਰਾਉਂਦੇ, ਆਪਣਾ ਵਿਆਹ ਰਜਿਸਟਰਡ ਨਹੀਂ ਕਰਵਾਉਂਦੇ, ਤਾਂ ਤੁਸੀਂ ਪਰ ਇਹ ਸਾਰਾ ਕੁਝ ਕਰ ਰਹੇ ਹੋ, ਸਾਰੇ ਸ਼ਰਤਾਂ ਪੂਰੀਆਂ ਕਰ ਰਹੇ ਹੋ, ਤਾਂ ਫਿਰ ਤੁਸੀਂ ਆਪਣੇ ਰਿਲੇਸ਼ਨਸ਼ਿਪ ਨੂੰ ਡਿਫੈਕਟੋ ਰਿਲੇਸ਼ਨਸ਼ਿਪ ਕਹਿ ਸਕਦੇ ਜੀ। ਬਿਲਕੁਲ ਜੀ, ਨਵਾਂ ਜ਼ਮਾਨਾ, ਨਵਾਂ ਰਾਗ ਤੇ ਨਵੇਂ ਰਿਵਾਜ ਨੇ ਜੀ ਡਿਫੈਕਟੋ ਦੇ ਵਿੱਚ। ਬਾਕੀ ਸਾਰੀਆਂ ਜਿਹੜੀਆਂ ਰਿਕੁਆਇਰਮੈਂਟਸ ਨੇ ਉਹ ਸੇਮ ਰਹਿੰਦੀਆਂ ਨੇ ਜਿਹੜੀਆਂ ਕਿ ਵਿਆਹੇ ਹੋਏ ਬੰਦੇ ਲਈ ਆ, ਪਰ ਇਸ ਤੋਂ ਇਲਾਵਾ ਤੁਸੀਂ ਦੱਸਿਆ ਜੀ ਕਿ 12 ਮਹੀਨੇ ਦੀ ਪਰ ਤੁਹਾਨੂੰ ਇਹ ਚੀਜ਼ ਪ੍ਰੂਵ ਕਰਨੀ ਤੁਸੀਂ 12 ਮਹੀਨੇ ਦੇ ਚੀਜ਼ਾਂ ਕਰ ਰਹੇ ਹੋ, ਵਿਆਹ ਤੁਸੀਂ ਅੱਜ ਕਰਵਾਉਣੇ ਹੋ ਤੇ ਕੱਲ ਨੂੰ ਤੁਸੀਂ ਫਾਈਲ ਲਾ ਸਕਦੇ ਹੋ, ਪਰ ਡਿਫੈਕਟੋ ਜੇ ਤੁਸੀਂ ਕੰਟੀਨਿਊਸਲੀ 12 ਮਹੀਨੇ ਤੋਂ ਇਹਨਾਂ ਚੀਜ਼ਾਂ ਦੀ ਪਾਲਣਾ, ਇਹ ਚੀਜ਼ਾਂ ਨੂੰ ਕੰਟੀਨਿਊ ਕਰ ਰਹੇ ਹੋ, ਉਸ ਤੋਂ ਬਾਅਦ ਹੀ ਅਪਲਾਈ ਕਰ ਸਕਦੇ ਹੋ। ਕੋਈ ਤਰੀਕਾ ਹੈਗਾ ਜੀ ਜਿਹਦੇ ਨਾਲ ਇਹ 12 ਮਹੀਨੇ ਵਾਲੀ ਕੰਡੀਸ਼ਨ ਵੇਵ ਆਫ ਹੋ ਜੇ? ਹਾਂਜੀ ਬਿਲਕੁਲ, ਇਹ ਤਰੀਕਾ ਹੈਗਾ ਜੀ, ਜੇ ਤੁਸੀਂ ਆਪਣਾ ਰਿਲੇਸ਼ਨਸ਼ਿਪ ਰਜਿਸਟਰ ਕਰਵਾ ਲੈਂਦੇ ਹੋ ਜੀ, ਜਿਸ ਤਰ੍ਹਾਂ ਮੈਰਿਜ ਨੂੰ ਰਜਿਸਟਰ ਕਰਵਾ ਲੈਂਦੇ ਨੇ ਜੀ, ਤਾਂ ਉਸ ਤਰ੍ਹਾਂ ਡਿਫੈਕਟੋ ਰਿਲੇਸ਼ਨ ਵੀ ਆਸਟ੍ਰੇਲੀਆ ਵਿੱਚ ਰਜਿਸਟਰ ਹੋ ਜਾਂਦਾ ਜੀ, ਜਿਹੜੀ ਤੁਹਾਡੀ ਲੋਕਲ ਸਟੇਟ ਦੀ ਬੋਡੀ ਕਰਦੀ ਹੈ, ਵਿਕਟੋਰੀਆ ਦੇ ਵਿੱਚ ਬਰਥ ਐਂਡ ਮੈਰਿਜ BDM ਵਿਕਟੋਰੀਆ ਵਾਲੇ ਕਰਦੇ ਨੇ ਜੀ, ਹਰ ਇੱਕ ਸਟੇਟ ਦੀ ਆਪਣੀ ਹੋਈ ਹੈ ਜੀ, ਇਹਨੂੰ ਕਹਿੰਦੇ ਸਿਵਲ ਰਿਲੇਸ਼ਨਸ਼ਿਪ ਰਜਿਸਟ੍ਰੇਸ਼ਨ ਜੀ। ਤਾਂ ਤੁਸੀਂ ਆਪਣਾ ਜਿਹੜਾ ਰਿਲੇਸ਼ਨਸ਼ਿਪ ਆ ਜੀ ਰਜਿਸਟਰ ਕਰਵਾ ਲੈਂਦੇ ਹੋ, ਤਾਂ ਇਹ ਮੈਰਿਜ ਵਰਗੇ ਰਿਲੇਸ਼ਨਸ਼ਿਪ
ਉਹ ਮੈਰਿਜ ਹੋ ਜਾਂਦੀ ਹੈ ਜੀ, ਇਹ ਡਿਫੈਕਟੋ ਹੋ ਜਾਂਦਾ ਜੀ। ਇੱਕ ਸਵਾਲ ਇਹਦੇ ਨਾਲ ਬੰਸ ਸਾਹਿਬ ਜੁੜਿਆ ਹੋਇਆ, ਤੁਸੀਂ ਕਿਹਾ ਵੀ ਜੇਕਰ ਤੁਸੀਂ ਆਪਦੇ ਜਿਹੜਾ ਰਿਲੇਸ਼ਨਸ਼ਿਪ ਆ ਇਹਨੂੰ ਕਿਸੇ ਲੋਕਲ ਅਥਾਰਟੀ ਕੋਲੋਂ ਜਾ ਕੇ ਰਜਿਸਟਰ ਕਰਵਾ ਲੈਂਦੇ ਹੋ, ਹੁਣ ਇਹ ਕੀ ਵੀ ਜਿਹੜੀ ਇਹ ਰਜਿਸਟ੍ਰੇਸ਼ਨ ਹੈ ਕੱਲੀ ਆਸਟ੍ਰੇਲੀਆ ਦੇ ਵਿੱਚ ਹੀ ਮੰਨੀ ਜਾਊਗੀ, ਜਾਂ ਕੋਈ ਮੇਰਾ ਦੋਸਤ ਸਾਡਾ ਇਹ ਕਹੇ ਕਿ ਯਾਰ ਅਸੀਂ ਚੰਡੀਗੜ੍ਹ ਆਪਦੇ ਆਪ ਨੂੰ ਰਜਿਸਟਰ ਕਰਵਾਇਆ ਹੋਇਆ ਸੀਗਾ 6 ਮਹੀਨੇ ਪਹਿਲਾਂ ਤੇ ਹੁਣ 6 ਮਹੀਨੇ ਸਾਨੂੰ ਇੱਥੇ ਹੋ ਗਏ, ਮੰਨੀ ਜਾਊਗੀ ਜੇ ਉੱਥੋਂ ਦਾ ਪ੍ਰੂਫ ਦੇ ਦੇਣ? ਦੇਖੋ ਜੇ 12 ਮਹੀਨੇ ਹੋ ਗਏ ਫਿਰ ਤਾਂ ਵੈਸੀ ਗੱਲ ਮੁੱਕ ਗਈ ਜੀ, ਤੇ 6 ਮਹੀਨੇ ਉੱਥੇ ਹੋ ਗਏ, 6 ਮਹੀਨੇ ਹੋ ਗਏ, 12 ਮਹੀਨੇ ਰਿਲੇਸ਼ਨਸ਼ਿਪ ਆਈ। ਪਰ ਜਿਹੜਾ ਰਜਿਸਟ੍ਰੇਸ਼ਨ ਇੰਡੀਆ 'ਚ ਡਿਫੈਕਟੋ ਰਜਿਸਟ੍ਰੇਸ਼ਨ ਹੁੰਦੀ ਹੈ ਜੀ? ਅੱਜ ਕੱਲ ਸੁਣੇ ਆ ਕੇ ਜੇ ਹੋ ਜਾਂਦੀ ਹੈ ਤਾਂ ਵੈਲਿਡ ਹੈ ਜੀ, ਕਿਉਂਕਿ ਰਜਿਸਟ੍ਰੇਸ਼ਨ ਹੋ ਗਈ ਨਾ ਢਿੱਲੋਂ ਸਾਹਿਬ ਦਾ ਵਿਆਹ ਹੋ ਗਿਆ ਤੇ ਵਿਆਹ ਦੀ ਵੀ ਰਜਿਸਟ੍ਰੇਸ਼ਨ ਆ ਕੇ ਡਿਫੈਕਟੋ ਰਿਲੇਸ਼ਨ, ਜੇ ਸਿਵਲ ਰਿਲੇਸ਼ਨਸ਼ਿਪ ਦੀ ਰਜਿਸਟ੍ਰੇਸ਼ਨ ਹੋ ਗਈ ਜੀ, ਤਾਂ ਆਈ ਹੈਵਨ ਕਮ ਅਕਰੋਸ ਦਿਸ ਪਰ ਹਾਂ ਆਮ ਪ੍ਰੀਟੀ ਸ਼ੋਰ ਜੇ ਤੁਸੀਂ ਉਸ ਕੰਟਰੀ ਦੇ ਲਾਅ ਦੇ ਅਕੋਰਡਿੰਗ ਆਪਣਾ ਰਿਲੇਸ਼ਨਸ਼ਿਪ ਰਜਿਸਟਰ ਕਰਾਇਆ, ਚਾਹੇ ਐਜ਼ ਅ ਮੈਰਿਜ ਕਰਵਾਇਆ ਚਾਹੇ ਐਜ਼ ਅ ਡਿਫੈਕਟੋ ਕਰਵਾਇਆ ਜੀ, ਇਟ ਵਿਲ ਡੈਫੀਨਿਟਲੀ ਬੀ ਵੈਲਿਡ ਜੀ। ਸੋ ਬਿਲਕੁਲ ਜੀ, ਜੇਕਰ ਤੁਸੀਂ ਇਸ ਸਥਿਤੀ ਦੇ ਵਿੱਚੋਂ ਜਿੱਥੇ ਤੁਸੀਂ ਡਿਫੈਕਟੋ ਰਹਿ ਰਹੇ ਹੋ, ਜਾਣੀ ਕਿ ਜਿਹੜੇ ਲੜਕਾ ਲੜਕੀ ਆ ਉਹ ਇਸ ਰਿਲੇਸ਼ਨ ਦੇ ਵਿੱਚ ਰਹਿ ਰਿਹਾ, ਕੰਡੀਸ਼ਨ ਇਹ ਹੈ ਕਿ ਤੁਸੀਂ 12 ਮਹੀਨੇ ਤੋਂ ਰਹਿੰਦੇ ਹੋ। ਦੂਜੀ ਕੰਡੀਸ਼ਨ ਇਹ ਹੈ ਕਿ ਤੁਸੀਂ ਜਿੰਨੀ ਜਲਦੀ ਹੋ ਜਾਵੇ ਜਦੋਂ ਤੁਸੀਂ ਇਕੱਠੇ ਰਹਿਣ ਲੱਗ ਜਾਓ ਉਦੋਂ ਤੁਸੀਂ ਲੋਕਲ ਅਥਾਰਟੀ ਤੋਂ ਆਪਣਾ ਜਿਹੜਾ ਸਟੇਟਸ ਆ, ਜਿਹੜਾ ਆਪਣਾ ਰਹਿਣ ਸਹਿਣ ਆ ਜੀ, ਉਹਨੂੰ ਰਜਿਸਟਰ ਕਰਵਾ ਲਓ, ਤਾਂ ਕਿ ਜਦੋਂ ਤੁਸੀਂ ਅੱਗੇ ਜਾ ਕੇ ਫਾਈਲ ਲਾਉਣੀ ਆ ਤਾਂ ਉਹ ਫਾਈਲ ਆ ਜਿਹੜੀ ਉਹਦੇ ਵਿੱਚ ਤੁਹਾਡੀ ਹੈਲਪ ਹੋ ਸਕੇ। ਮਤਲਬ ਹੁਣ ਡਿਫੈਕਟ ਰਿਲੇਸ਼ਨਸ਼ਿਪ ਵੀ ਹੋ ਗਿਆ ਜੀ, ਆਪਾਂ 12 ਮਹੀਨੇ ਦੀ ਕੰਡੀਸ਼ਨ ਵੀ ਕਰ ਲਈ ਜੀ, ਤੇ ਉਸ ਤੋਂ ਬਾਅਦ ਆਪਾਂ ਰਜਿਸਟ੍ਰੇਸ਼ਨ ਵਾਲੀ ਸ਼ਰਤ ਵੀ ਪੂਰੀ ਕਰ ਲਈ। ਪਰ ਹੁਣ ਮੈਨੂੰ ਇਹ ਦੱਸੋ ਜੀ, ਸਵਾਲ ਇਹ ਆ ਜਾਂਦਾ ਕਹਿੰਦੇ ਕਿ ਜਿਹੜਾ ਇਹ ਰਿਲੇਸ਼ਨ ਆ, ਜਾਂ ਆਪਾਂ ਵੀਜ਼ੇ ਦੀ ਗੱਲ ਕਰ ਲਈਏ, 8-2-0 ਵੀਜ਼ਾ, ਇਹਦੇ ਵਿੱਚ ਜਿਹੜਾ ਮੈਡੀਕਲ ਦੀਆਂ ਸਰਵਿਸਿਜ਼ ਨੇ ਉਹ ਸਾਨੂੰ ਮਿਲਣਗੀਆਂ, ਬੈਨੀਫਿਟ ਮਿਲਣਗੇ ਨਹੀਂ ਮਿਲਣਗੇ? ਜਦੋਂ ਵੀ ਸਾਹਿਬ ਆਪਾਂ ਪਾਰਟਨਰ ਵੀਜ਼ਾ ਅਪਲਾਈ ਕਰਦੇ ਹਾਂ, ਆਪਾਂ ਦੋ ਸਬ ਕਲਾਸਾਂ ਕਰਕੇ ਅਪਲਾਈ ਕਰਦੇ ਹਾਂ ਜੀ, ਜਦ ਆਪਾਂ 8-2-0 ਤੇ 8-1 ਅਪਲਾਈ ਕਰਦੇ ਹਾਂ, ਜਾਂ ਆਪਾਂ 3-9 ਤੇ 100 ਅਪਲਾਈ ਕਰਦੇ ਹਾਂ ਜੀ। ਤੇ ਆਸਟ੍ਰੇਲੀਆ 'ਚ ਮੋਸਟਲੀ ਜਦੋਂ ਆਪਾਂ ਪਰਮਾਨੈਂਟ ਵੀਜ਼ਾ ਅਪਲਾਈ ਕਰਦੇ ਹਾਂ ਜੀ, ਤਾਂ ਆਪਾਂ ਨੂੰ ਮੈਡੀਕਲ ਦੀ ਫੈਸਿਲਿਟੀ ਮਿਲਦੀ ਹੈ ਜੀ। ਤਾਂ 8-2-0-1 ਔਨਸ਼ੋਰ ਵੀਜ਼ਾ ਤੁਹਾਨੂੰ ਆ ਜਾਣਾ, ਬ੍ਰੇਜਿੰਗ ਵੀਜ਼ਾ ਵੀ ਮਿਲ ਜਾਂਦਾ ਵਿਦ ਫੁੱਲ ਵਰਕ ਰਾਈਟਸ ਐਂਡ ਸਟੱਡੀ ਰਾਈਟ, ਤੇ ਮੈਡੀਕੇਅਰ ਵੀ ਮਿਲ ਜਾਂਦਾ। 309 ਦੇ ਵਿੱਚ ਵੀ ਕਈ ਕੇਸਿਸ ਹੁੰਦੇ ਜਿਹਦੇ ਵਿੱਚ ਆਪਾਂ ਮੈਡੀਕੇਅਰ ਲੈ ਸਕਦੇ ਹਾਂ ਜੀ ਜੀ। ਸੋ ਬਿਲਕੁਲ ਜੀ, ਜਿਹੜਾ ਮੈਡੀਕਲ ਬੈਨੀਫਿਟਸ ਨੇ ਤੁਹਾਨੂੰ ਮਿਲ ਸਕਦੇ ਨੇ, ਪਰ ਹੁਣ ਜਿੱਥੇ ਬੈਨੀਫਿਟ ਮਿਲਦੇ ਨੇ ਜੀ, ਉਹ ਕਹਿੰਦੇ ਵੀ ਜਿੱਥੇ ਕੁਛ ਨਾ ਕੁਛ ਮਿਲਦਾ ਹੋਵੇ ਉੱਥੇ ਕੁਛ ਦੇਣਾ ਵੀ ਪੈਂਦਾ ਜੀ। ਹੁਣ ਦੇਣ ਤੋਂ ਮੇਰਾ ਮਤਲਬ ਹੈ ਜੀ ਫੀਸ, ਫੀਸ ਕਿੰਨੀ ਹੈ ਜੀ ਇਸ ਵੀਜ਼ੇ ਦੀ? ਹਾਂਜੀ, ਇਹਦੀ ਵੀਜ਼ੇ ਦੀ ਫੀਸ ਬਹੁਤ ਜ਼ਿਆਦਾ ਜੀ, ਇਹਦੀ ਤਕਰੀਬਨ ਇਹਦੀ ਫੀਸ ਹੈਗੀ 8,850 ਜੀ, ਸਰਚਾਰਜ ਲਾ ਕੇ 9,000 ਪਲੱਸ ਪੈ ਜਾਂਦੀ ਹੈ। 8,850 ਡਿਪਾਰਟਮੈਂਟ ਦੀ ਫੀਸ ਹੈ ਜੀ, ਨਹੀਂ ਡਾਲਰ? ਡਾਲਰ ਜੀ, ਬਿਲਕੁਲ ਡਾਲਰ ਹੈ ਜੀ। ਅੱਛਾ, ਤਾਂ ਮੈਂ ਤਾਂ ਕਹਿੰਦਾ ਇੰਡੀਆ ਦੇ ਹਿਸਾਬ ਨਾਲ ਵੀ 8,500 ਹੈ। ਤਕਰੀਬਨ 2011-12 ਚ $2,000 ਹੁੰਦੀ ਸੀ, ਜਿਹੜੀ ਹੁਣ ਵੱਧ ਕੇ 4,500 ਹੋ ਗਈ, ਤੇ ਹੁਣ ਇਹਦੇ ਤਕਰੀਬਨ $9,000 ਪਲੱਸ ਹੋ ਗਏ। ਸੋ ਬਿਲਕੁਲ ਜੀ, ਜਿਹੜਾ ਕੋਈ ਆਮ ਦਿਹਾੜੀਦਾਰ ਬੰਦਾ ਉਹਦੇ ਲਈ 3 ਮਹੀਨੇ ਦੀ ਜਿਹੜੀ ਉਹਦੀ ਇਨਕਮ ਆ ਜੀ, ਉਹ ਸਾਰੀ ਇੱਧਰ ਚਲੀ ਜਾਣੀ ਆ। ਜੇ ਤੁਸੀਂ ਡਿਫੈਕਟ ਹੋ ਤਾਂ ਤੁਸੀਂ ਲਾ ਲਓ ਵੀ ਤੁਸੀਂ 2 ਮਹੀਨਿਆਂ ਦੀ ਆਮਦਨ ਤੁਹਾਡੀ ਆ ਜਿਹੜੀ ਇਹ ਵੀਜ਼ਾ ਲਾਉਣ ਲਈ ਤੁਹਾਡੀ ਲੱਗ ਜਾਣੀ ਆ ਜੀ। ਹੁਣ ਮਤਲਬ ਅੱਗੇ ਜਦੋਂ ਵੱਧਦੇ ਆ ਜੀ, ਕਿਹੜੇ ਕਿਹੜੇ ਡਾਕੂਮੈਂਟ ਨੇ ਜਿਹੜੇ ਇਸ ਗੱਲ ਨੂੰ ਸਾਬਤ ਕਰ ਸਕਦੇ ਨੇ ਕਿ ਜਿਹੜਾ ਸਾਡਾ ਰਿਲੇਸ਼ਨਸ਼ਿਪ ਆ ਜੈਨੂਇਨ ਰਿਲੇਸ਼ਨਸ਼ਿਪ ਆ? ਹਾਂਜੀ ਸਾਹਿਬ, ਜਦੋਂ ਆਪਾਂ ਵਿਆਹ ਕਰਵਾ ਲੈਂਦੇ ਹਾਂ ਜੀ, ਤਾਂ ਇੱਕ ਲੈਜਿਸਲੇਟਿਵ ਰਿਕੁਆਇਰਮੈਂਟ ਆ ਨੇ ਜੀ, ਕਿਉਂਕਿ ਜਦੋਂ ਰਿਲੇਸ਼ਨਸ਼ਿਪ ਹੁੰਦਾ ਇਟਸ ਬੜਾ ਸੈਂਸਿਟਿਵ ਜਿਹਾ ਚੀਜ਼ ਹੈ ਜੀ, ਤੇ ਇੱਕ ਪੀਸ ਆਫ ਪੇਪਰ ਦੇ ਉੱਤੇ ਪ੍ਰੂਫ ਕਰਨਾ ਆਪਣੇ ਆਪ ਦੇ ਵਿੱਚ ਬੜਾ ਔਖਾ ਹੋ ਜਾਂਦਾ, ਤਾਂ ਉਹਨੂੰ ਥੋੜ੍ਹਾ ਜਿਹਾ ਸੌਖਾ ਕਰਨ ਦੇ ਲਈ ਤਾਂ ਡਿਪਾਰਟਮੈਂਟ ਨੇ ਗਾਈਡਲਾਈਨਸ ਦਿੱਤੀਆਂ ਹੋਈਆਂ ਨੇ ਜੀ, ਦੇ ਆਰ ਨੋਟ ਇਨ ਦਾ ਲੋ ਬਟ ਦੇ ਆਰ ਦਾ ਪਾਲਿਸੀ ਆ ਵੀ ਜਿਹਦੇ ਵਿੱਚ ਜਿਹਦੇ ਅਕੋਰਡਿੰਗਲੀ ਤੁਸੀਂ ਡਾਕੂਮੈਂਟ ਦੇ ਕੇ ਆਪਣੇ ਰਿਲੇਸ਼ਨਸ਼ਿਪ ਨੂੰ ਪ੍ਰੂਫ ਕਰ ਸਕਦੇ ਹੋ ਜੀ। ਇਹ ਰਿਲੇਸ਼ਨਸ਼ਿਪ ਨੇ ਜੀ 4 ਪਿਲਰਸ ਕਹਿੰਦੇ ਨੇ ਜੀ ਇਹਨਾਂ ਨੂੰ, ਇਹਦੇ 'ਚ ਹੈਗਾ ਫਾਈਨੈਂਸ਼ੀਅਲ ਆਸਪੈਕਟ, ਨੇਚਰ ਆਫ ਯੂਰ ਹਾਊਸ ਹੋਲਡ, ਸੋਸ਼ਲ ਆਸਪੈਕਟ ਅਤੇ ਨੇਚਰ ਆਫ ਯੂਰ ਕਮਿਟਮੈਂਟ ਟੂ ਈਚ ਅਦਰ। ਇਹਦਾ ਇੱਕ ਹੀ ਕਰਕੇ ਮੈਂ ਤੁਹਾਡਾ ਐਕਸਪਲੇਨ ਕਰਦਾ ਜੀ, ਜਿਵੇਂ ਪਹਿਲਾਂ ਹੈਗਾ ਫਾਈਨੈਂਸ਼ੀਅਲ ਆਸਪੈਕਟ, ਮੇਰੇ ਘਰ ਨਾਲ ਸਾਡੇ ਭੈਣਾਂ ਭਰਾ ਨੂੰ ਇਹ ਚੀਜ਼ ਸਮਝ ਸੌਖਾ ਨਹੀਂ, ਫਾਈਨੈਂਸ਼ੀਅਲ ਦਾ ਵੀ ਸਭ ਤੋਂ ਪਹਿਲੀ ਚੀਜ਼ ਜੁਆਇੰਟ ਬੈਂਕ ਅਕਾਊਂਟ ਆ ਜਾਂਦੀ ਹੈ ਜੀ, ਉਸ ਤੋਂ ਇਲਾਵਾ ਫਾਈਨੈਂਸ਼ੀਅਲ ਆਸਪੈਕਟ ਦੇ ਵਿੱਚ ਕੋਈ ਜੁਆਇੰਟ ਕਮਿਟਮੈਂਟ ਵੀ ਆ ਜਾਂਦੀ ਹੈ, ਕੋਈ ਇਕੱਠਾ ਕੋਈ ਲੋਨ ਕਰਵਾਇਆ ਹੋਵੇ, ਜਾਂ ਤੁਸੀਂ ਇੰਸ਼ੋਰੈਂਸ ਇੱਕ ਦੂਜਾ ਨਾਮ ਦਿੱਤਾ ਹੋਇਆ ਜੀ, ਜਾਂ ਆਪਣੇ ਸੁਪਰ ਦੇ ਵਿੱਚ ਇੱਕ ਦੂਜਾ ਨਾਮ ਦਿੱਤਾ ਹੋਇਆ, ਇਟ ਸ਼ੋਜ਼ ਕਿ ਤੁਸੀਂ ਤੁਹਾਡੇ ਫਾਈਨੈਂਸ਼ੀਅਲ ਜਿਹੜੇ ਨੇ ਜੁਆਇੰਟ ਨੇ ਜੀ। ਜਾਂ ਉਸ ਤੋਂ ਬਾਅਦ ਅਗਲਾ ਆ ਜਾਂਦਾ ਨੇਚਰ ਆਫ ਯੂਅਰ ਹਾਊਸ ਹੋਲਡ, ਤੁਸੀਂ ਘਰ ਦੇ ਵਿੱਚ ਐਜ਼ ਅ ਮੀਆਂ ਬੀਬੀ ਕਿਵੇਂ ਰਹਿੰਦੇ ਹੋ, ਘਰ ਦੇ ਵਿੱਚ ਸਾਰੀਆਂ ਚੀਜ਼ਾਂ ਕਿਵੇਂ ਸ਼ੇਅਰ ਕਰਦੇ ਹੋ, ਕੌਣ ਘਰ ਦਾ ਕੰਮ ਕਰਦਾ, ਕੌਣ ਕਿਚਨ ਕਰਦਾ, ਕੌਣ ਗਾਰਡਨਿੰਗ ਕਰਦਾ, ਕੌਣ ਕਲੀਨਿੰਗ ਕਰਦਾ, ਤੇ ਕੌਣ ਚੀਜ਼ਾਂ ਲੈ ਕੇ ਆਉਂਦਾ ਜੀ, ਤੁਸੀਂ ਇਹਦੀ ਸਟੇਟਮੈਂਟ ਦੇ ਸਕਦੇ ਹੋ। ਲੀਜ਼ ਦੇ ਉੱਤੇ ਦੋਨਾਂ ਨਾਮ ਆ, ਇਹ ਫਾਈਨੈਂਸ਼ੀਅਲ ਕਮਿਟਮੈਂਟ ਵੀ ਹੈ, ਨੇਚਰ ਆਫ ਹਾਊਸ ਹੋਲਡ ਵੀ ਹੈ ਜੀ, ਜੁਆਇੰਟ ਯੂਟੀਲਿਟੀ ਬਿੱਲ ਵੀ ਇਹਦਾ ਨੇਚਰ ਆਫ ਹਾਊਸ ਹੋਲਡ ਨੂੰ ਪ੍ਰੂਵ ਕਰ ਦਿੰਦੇ ਜੀ। ਅਗਲਾ ਇਹਦਾ ਜੀ ਸੋਸ਼ਲ ਆਸਪੈਕਟ ਆਫ ਯੂਅਰ ਰਿਲੇਸ਼ਨਸ਼ਿਪ,
ਸੋਸ਼ਲ ਐਸਪੈਕਟ ਦਾ ਸਿੰਪਲ ਸ਼ਬਦ ਦਾ ਮਤਲਬ ਅਸੀਂ ਲੋਕਾਂ ਨੂੰ ਦੱਸ ਰਹੇ ਵੀ ਅਸੀਂ ਮੈਰਿਡ ਆ, ਲੋਕਾਂ ਨੂੰ ਕਿਵੇਂ ਦੱਸਦੇ ਹੋ ਜਿਵੇਂ ਤੁਸੀਂ ਕੋਈ ਮੈਂਬਰਸ਼ਿਪ ਐਜ਼ ਅ ਫੈਮਿਲੀ ਲਿੱਤੀ ਹੋਈ ਹੈ ਜੀ, ਕਿਸੇ ਡਾਕਟਰ ਦਾ ਐਮਰਜੈਂਸੀ ਕਾਰਡ ਭਰਿਆ ਜਿਹਦੇ ਤੁਸੀਂ ਆਪਣੇ ਆਪ ਇੱਕ ਦੂਜੇ ਨੂੰ ਫੈਮਿਲੀ ਦੱਸਦੇ ਹੋ, ਫੇਸਬੁੱਕ ਤੇ ਫੋਟੋ ਪਾ ਦਿਓ, ਟਿਕਟੋਕ ਤੇ ਵੀਡੀਓ ਪਾ ਦਿਓ ਐਜ਼ ਅ ਕਪਲ ਪਾ ਦਿਓ ਜੀ, ਤੇ ਤੁਹਾਨੂੰ ਲੋਕ ਐਜ਼ ਅ ਹਸਬੈਂਡ ਵਾਈਫ ਮਿਸਟਰ ਐਂਡ ਮਿਸਿਜ਼ ਕਹਿ ਕੇ ਇਨਵਾਈਟ ਕਰਦੇ ਨੇ ਜੀ, ਤਾਂ ਇਹ ਸਾਰੇ ਚੀਜ਼ਾਂ ਤੋਂ ਇੱਕ ਸ਼ੋਅ ਹੁੰਦਾ ਵੀ ਤੁਹਾਨੂੰ ਲੋਕ ਤੁਸੀਂ ਲੋਕਾਂ ਨੂੰ ਐਜ਼ ਅ ਹਸਬੈਂਡ ਵਾਈਫ ਆਪਣੇ ਨੂੰ ਪੋਰਟਰੇਟ ਕਰ ਰਹੇ ਹੋ ਤੇ ਲੋਕ ਤੁਹਾਨੂੰ ਮੰਨ ਵੀ ਰਹੇ ਨੇ ਜੀ, ਦੇ ਸ਼ੁੱਡ ਨੋਟ ਬੀ ਐਨੀ ਸੀਕ੍ਰੇਸੀ ਬਟ ਦਿਸ ਇਜ਼ ਦਾ ਪ੍ਰਤੀਬੋਧ। ਤੇ ਅਗਲਾ ਹੈ ਨੇਚਰ ਆਫ ਕਮਿਟਮੈਂਟ ਟੂ ਈਚ ਅਦਰ, ਵੀ ਤੁਸੀਂ ਦੂਜੇ ਨੂੰ ਕਿੰਨਾ ਕੁ ਕਮਿਟਡ ਹੋ, ਇਹਦੇ ਵਿੱਚ ਇੱਕ ਵਿਲ ਆ ਜਿਹੜੀ ਕਿ ਆਈ ਥਿੰਕ ਆਪਣੇ ਇੰਡੀਅਨ ਕਲਚਰ ਦੇ ਵਿੱਚ ਬਹੁਤ ਘੱਟ ਮੰਨੀ ਜਾਂਦੀ ਹੈ। ਸੁਪਰ ਐਨੂਏਸ਼ਨ ਦੇ ਵਿੱਚ ਇੱਕ ਦੂਜੇ ਦਾ ਨਾਮ ਜੀ, ਆਪਣੀ ਹੈਲਥ ਇੰਸ਼ੋਰੈਂਸ ਦੇ ਵਿੱਚ ਇੱਕ ਦੂਜੇ ਦਾ ਨਾਮ ਤੁਸੀਂ ਇੱਕ ਦੂਜੇ ਬੰਦੇ ਨੂੰ ਨੋਮੀਨੇਟ ਕੀਤਾ ਹੋਇਆ ਜੀ, ਜਾਂ ਤੁਸੀਂ ਕੋਈ ਇਕੱਠਿਆਂ ਨੇ ਕੋਈ ਬਲੋਕ ਬੁੱਕ ਕਰਾਇਆ ਜਾਂ ਕਿਸੇ ਘਰ ਦਾ ਡਿਪੋਜ਼ਿਟ ਦਿੱਤਾ ਜੀ, ਤੇ ਤੁਹਾਡੇ ਫਿਊਚਰ ਗੋਲਸ ਕੀ ਨੇ, ਸੋ ਯੂ ਕੈਨ ਗਿਵ ਅ ਸਟੇਟਮੈਂਟ ਟੂ ਦਿਸ ਇਫੈਕਟ ਐਸ ਵੈਲ। ਤਾਂ ਇਹ ਚਾਰ ਐਸਪੈਕਟ ਨੇ, ਜੇ ਤੁਸੀਂ ਚਾਰ ਐਸਪੈਕਟ ਦੇ ਡਾਕੂਮੈਂਟ ਦੇ ਦਿੰਦੇ ਫਿਰ ਤੁਹਾਡਾ ਵੀਜ਼ਾ ਅਪਰੂਵ ਹੋ ਜਾਂਦਾ। ਬਿਲਕੁਲ ਜੀ, ਬਹੁਤ ਸੋਹਣੀ, ਤੇ ਮੈਂ ਜੇ ਕਹਾਂ ਵਿਸਥਾਰ ਸਹਿਤ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਤੁਸੀਂ ਜਿਹੜਾ ਆਪਣਾ ਮੈਰਿਡ ਸਟੇਟਸ ਆ ਜਾਂ ਡਿਫੈਕਟੋ ਸਟੇਟਸ ਆ ਉਹਨੂੰ ਤੁਸੀਂ ਡਿਪਾਰਟਮੈਂਟ ਦੇ ਕੋਲ ਕਿਵੇਂ ਜਿਹੜਾ ਪ੍ਰੋਵਾਈਡ ਕਰ ਸਕਦੇ ਹੋ, ਬਹੁਤ ਸਾਰੇ ਐਸਪੈਕਟ ਦੱਸੇ ਗਏ, ਬੈਂਕ ਦੇ ਵਿੱਚ ਤੁਹਾਡਾ ਖਾਤਾ ਹੋਣਾ ਚਾਹੀਦਾ, ਹੋਰ ਵੀ ਮਤਲਬ ਹੁਣ ਇੱਕ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਕਿ ਸੋਸ਼ਲ ਮੀਡੀਆ ਦੇ, ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜੀ, ਵੈਸੇ ਤਾਂ ਅੱਜ ਕੱਲ੍ਹ ਮੈਨੂੰ ਲੱਗਦਾ ਕੋਈ ਜ਼ਿਆਦਾ ਪਰੂਫ ਕਰਨ ਦੀ ਲੋੜ ਹੀ ਨਹੀਂ ਪੈਂਦੀ, ਟਿਕਟੋਕ 'ਤੇ ਜੋੜੀਆਂ ਬਹੁਤ ਹੁੰਦੀਆਂ ਨੇ, ਤੁਸੀਂ ਆਪਦਾ ਟਿਕਟੋਕ ਦਾ ਅਕਾਊਂਟ ਦੇ ਦਿਓ ਵੀ ਆ ਮੇਰਾ ਅਤੇ ਮੇਰੀ ਵਾਈਫ ਦਾ ਅਕਾਊਂਟ ਹੈ ਜੀ, ਡਿਪਾਰਟਮੈਂਟ ਰਹਿ ਜਾਣਾ, ਦੈਟਸ ਇਟ, ਸਾਨੂੰ ਕੁਛ ਹੋਰ ਨਹੀਂ ਚਾਹੀਦਾ। ਸੋ ਬਿਲਕੁਲ ਜੀ, ਪਰ ਕਈ ਸਾਡੇ ਦੋਸਤ ਨੇ ਜਿਹੜੇ ਅਜਿਹੇ ਨੇ ਜਿਹੜੇ ਆਪਣੀਆਂ ਵਾਈਫਸ ਨੂੰ ਜਾਂ ਕਈ ਬਹੁਤ ਸਾਰੀਆਂ ਲੜਕੀਆਂ ਇਹੋ ਜਿਹੀਆਂ ਨੇ ਜਿਹੜੇ ਆਪਣੇ ਹਸਬੈਂਡ ਨੂੰ ਕੈਮਰੇ ਦੇ ਅੱਗੇ ਨਹੀਂ ਲੈ ਕੇ ਆਉਣਾ ਚਾਹੁੰਦੇ, ਕੋਈ ਕਾਰਨ ਹੋ ਸਕਦਾ, ਮਜਬੂਰੀ ਹੋ ਸਕਦੀ ਆ, ਜੇਕਰ ਤੁਸੀਂ ਸਾਬਤ ਕਰਨਾ ਹੋਵੇ ਨਾ ਤਾਂ ਇੱਕ ਦੋ ਜਿਹੜੀਆਂ ਫੋਟੋਆਂ ਉਹ ਆਪ ਖਿਚਾ ਕੇ ਸੋਸ਼ਲ ਮੀਡੀਆ 'ਤੇ ਪਾ ਲਿਆ ਕਰੋ, ਜੇਕਰ ਜ਼ਿਆਦਾ ਨਹੀਂ ਕਰ ਸਕਦੇ ਕੋਈ ਨਾ ਕੋਈ ਬਿੱਲ ਸਾਂਝਾ ਕਰਾ ਲਓ ਜੀ, ਜਿਵੇਂ ਤੁਸੀਂ ਦੱਸਿਆ ਜੀ ਕੋਈ ਨਾ ਕੋਈ ਐਜਾ ਅਕਾਊਂਟ ਸਾਂਝਾ ਕਰਾ ਲਓ, ਟੈਲੀਫੋਨ ਦਾ ਨੰਬਰ ਸਾਂਝਾ ਲੈ ਲਓ, ਕੁਛ ਨਾ ਕੁਛ ਅਜਿਹਾ ਜਿਹੜਾ ਤੁਹਾਨੂੰ ਦਰਸਾਉਂਦਾ ਹੋਵੇ। ਸ਼ੁਕਰੀਆ ਬੰਸਲ ਸਾਹਿਬ, ਬੜੀ ਡਿਟੇਲ ਦੇ ਵਿੱਚ ਮੈਨੂੰ ਲੱਗਿਆ ਕਿ ਜਿਹੜੀ ਜਾਣਕਾਰੀ ਆ ਤੁਹਾਨੂੰ ਇਸ ਚੀਜ਼ ਦੀ ਮਿਲ ਗਈ ਜੀ। ਹੁਣ ਇੱਕ ਇਹ ਵੀ ਆ ਜਾਂਦਾ ਜੀ, ਜਿਹੜਾ ਪਾਰਟਨਰ ਵੀਜ਼ੇ ਦੀ ਐਪਲੀਕੇਸ਼ਨ ਜਦੋਂ ਅਸੀਂ ਲਾਉਣੀ ਆ, ਆਪਾਂ ਨੂੰ ਕੋਈ ਫੰਡ ਆ ਜਿਹੜੇ ਉਹ ਦੇਣੇ ਪੈਂਦੇ ਨੇ ਜੀ? ਨਹੀਂ, ਇਹ ਬੜਾ ਭੁਲੇਖਾ ਪੈਂਦਾ, ਸਟੂਡੈਂਟ ਵੀਜ਼ੇ ਦੇ ਵਿੱਚ ਹੀ ਫੰਡ ਰਿਕੁਆਇਰਡ ਹੁੰਦੇ ਨੇ, ਉਸ ਤੋਂ ਇਲਾਵਾ ਹੋਰ ਕਿਸੇ ਵੀਜ਼ੇ ਦੇ ਵਿੱਚ ਫੰਡ ਦੀ ਰਿਕੁਆਇਰਮੈਂਟ ਨਹੀਂ ਹੁੰਦੀ, ਚਾਹੇ ਡੀਆਰ ਆ ਚਾਹੇ ਪੀਆਰ ਆ ਜੀ, ਉੱਥੇ ਫੰਡ ਦੀ ਰਿਕੁਆਇਰਮੈਂਟ ਨਹੀਂ ਜੀ। ਬਸ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਜੀ, ਬਹੁਤ ਸਾਰੇ ਸਾਡੇ ਸਵਾਲ ਜਿਹੜੇ ਹੈਗੇ ਨੇ ਨਾ ਉਹ ਕਾਮਨ ਹੀ ਹੁੰਦੇ ਨੇ। ਇੱਕ ਕਾਮਨ ਸਭ ਤੋਂ ਸਵਾਲ ਇਹ ਆ, ਜੇ ਹੁਣ ਮੈਨੂੰ ਕੋਈ ਕੁਐਸਚਨ ਪੁੱਛਦਾ ਨਾ ਤਾਂ ਉਹਨਾਂ ਦੇ ਵਿੱਚੋਂ ਜ਼ਿਆਦਾ ਗਿਣਤੀ ਇਹ ਹੁੰਦੀ ਆ ਕਿ ਮਾੜਾ ਜਿਹਾ ਪੁੱਛੀ ਮਨਸਰ ਸਾਹਿਬ ਨੂੰ ਵੀ ਜੇਕਰ ਆਪਾਂ ਛੇਤੀ ਆਨਸ਼ੋਰ ਲੈ ਕੇ ਆਉਣਾ ਹੋਵੇ ਆਪਣੇ ਪਾਰਟਨਰ ਨੂੰ, ਉਹਦੇ ਲਈ ਕੀ ਕੋਈ ਅਜਿਹਾ ਪ੍ਰੋਸੈਸ ਹੈਗਾ ਜਿਹਦੇ ਨਾਲ ਉਹ ਚੀਜ਼ ਕੁਇਕਲੀ ਆ ਜਾਵੇ ਜੀ? ਦੇਖੋ ਜੀ, ਪਾਰਟਨਰ ਵੀਜ਼ੇ ਵਿੱਚ ਡਿਲੇ ਤਾਂ ਹੋ ਹੀ ਰਿਹਾ ਜੀ, 2-2 ਸਾਲ ਲੱਗ ਰਹੇ ਨੇ ਜੀ, ਤਾਂ ਡੈਫੀਨਿਟਲੀ ਇਹਦੇ ਕੋਈ ਵੈਲਿਡ ਕੁਐਸਚਨ ਵੀ ਹੈ ਜੀ ਕਿ ਤੁਸੀਂ ਪਹਿਲਾਂ ਇੱਕ ਦਾ ਜੀ ਆਪਾਂ ਪਹਿਲਾਂ ਗੱਲ ਕੀਤੀ ਆ ਪ੍ਰੋਸਪੈਕਟਿਵ ਮੈਰਿਜ ਵੀਜ਼ਾ ਦੀ ਜੀ, ਜਦੋਂ ਥੋੜੀ ਮੰਗਣੀ ਹੋ ਗਈ, ਪੱਕ ਟੱਕ ਹੋ ਗਈ, ਥੋੜੀ ਗੱਲਬਾਤ ਸ਼ੁਰੂ ਹੋ ਗਈ, ਤਾਂ ਤੁਸੀਂ ਜੀ ਪ੍ਰੋਸਪੈਕਟਿਵ ਮੈਰਿਜ ਵੀਜ਼ਾ ਪਾ ਕੇ ਲਾਈਨ ਵਿੱਚ ਲੱਗ ਸਕਦੇ ਹੋ ਜੀ, ਤੇ ਜਦੋਂ ਤੁਹਾਡਾ ਵਿਆਹ ਹੋ ਗਿਆ ਤੁਸੀਂ ਉਹਨੂੰ ਕਨਵਰਟ ਕਰ ਦੋਗੇ, 300 ਪਾਰਟਨਰ ਵੀਜ਼ੇ ਵਿੱਚ ਕਨਵਰਟ ਕਰ ਸਕਦੇ ਹੋ ਜੀ। ਜੀ, ਦੂਸਰਾ ਤਰੀਕਾ ਹੈਗਾ ਜੀ, ਦੂਸਰਾ ਤਰੀਕਾ ਹੈਗਾ ਜੀ, ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਜੀ। ਤਾਂ ਟੂਰਿਸਟ ਵੀਜ਼ੇ ਪਰ ਜਿਹੜੇ ਸਕਸੈਸ ਰੇਟ ਆ ਬਹੁਤ ਜ਼ਿਆਦਾ ਲੋ ਆ ਜੀ, ਜਿਵੇਂ ਆਪਾਂ ਸਟਾਰਟਿੰਗ ਦੇ ਵਿੱਚ ਵੀ ਗੱਲ ਕੀਤੀ, ਗਵਰਨਮੈਂਟ ਇਜ਼ ਆਲਰੇਡੀ ਸਟਰਗਲਿੰਗ ਵਿਦ ਦਾ ਮਤਲਬ ਕਿ ਵੀ ਦੇਰ ਲੋਟ ਆਫ ਹਾਈ ਨੰਬਰ ਆਫ ਟੈਂਪਰੇਰੀ ਕਹਿੰਦੇ ਵੀ ਬੰਦੇ ਆਸਟ੍ਰੇਲੀਆ 'ਚ ਨੇ, ਵਿੱਚ ਆਈ ਪਰਸਨਲੀ ਡੂ ਨੋਟ ਐਗਰੀ ਬਟ ਦਿਸ ਇਜ਼ ਵਾਟ ਦੇ ਸਟੈਟਸ ਸੇਜ਼। ਤਾਂ ਉਹਦੇ ਲਈ ਜੀ ਟੂਰਿਸਟ ਵੀਜ਼ਾ ਪਰ ਡੈਫੀਨਿਟਲੀ ਇਜ਼ ਅ ਗੋ, ਜੇ ਤੁਹਾਡੇ ਵਾਈਫ ਕੰਮ ਕਰ ਰਹੇ ਨੇ ਸਾਰਾ ਕੁਛ ਮਤਲਬ ਕਿ ਵੀ ਫੰਡ ਫੁੰਡ ਚਾਹੀਦੇ ਨੇ ਤਾਂ ਉਹ ਵੀ ਟਰਾਈ ਕਰ ਸਕਦੇ ਹੋ ਜੀ, ਤੁਹਾਨੂੰ ਉਹ ਯਾਦ ਵੀ। ਇਸ ਤੋਂ ਇਲਾਵਾ ਨਹੀਂ ਕੋਈ ਹੈਗਾ ਜੀ ਤਰੀਕਾ, ਉਸ ਤੋਂ ਇਲਾਵਾ ਦਾ ਫਿਰ ਵੇਟ ਹੀ ਆ ਜੀ। ਬਿਲਕੁਲ ਜੀ, ਕਦੇ ਕਦੇ ਜਿਹੜਾ ਇੰਤਜ਼ਾਰ ਹੈ, ਇੰਤਜ਼ਾਰ ਕਰਨ ਦਾ ਵੀ ਆਪਣਾ ਮਜ਼ਾ ਹੁੰਦਾ ਜੀ, ਪਰ ਫਿਰ ਵੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਜਿਹੜਾ ਪਾਰਟਨਰ ਹੈ, ਕਿਉਂਕਿ ਹੋ ਸਕਦਾ ਕਿ ਤੁਸੀਂ ਇੰਡੀਆ ਜਾ ਕੇ ਹੁਣ ਵਿਆਹ ਕਰਾ ਕੇ ਆਏ ਹੋ, ਮੰਗਣੀ ਕਰਾ ਕੇ ਆਏ ਹੋ, ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਜਿਹੜਾ ਪਾਰਟਨਰ ਆ ਉਹ ਤੁਹਾਡੇ ਕੋਲ ਜਲਦ ਤੋਂ ਜਲਦ ਆਸਟ੍ਰੇਲੀਆ ਪਹੁੰਚ ਜਾਵੇ, ਪਰ ਆਸਟ੍ਰੇਲੀਆ ਸਰਕਾਰ ਥੋੜ੍ਹਾ ਜਿਹਾ ਢੀਠਪੁਣਾ ਦਿਖਾ ਰਹੀ ਆ, ਜਿਹੜਾ ਉਹਨਾਂ ਦਾ ਟਾਈਮ ਹੈ, ਟਾਈਮ ਲਿਮਿਟ ਉਹ ਲਗਾਤਾਰ ਡਰੈਗ ਹੋ ਰਿਹਾ, ਵੱਧ ਰਿਹਾ ਹੈ ਨਾ। ਪਰ ਜਿਵੇਂ ਬੰਸਲ ਸਾਹਿਬ ਨੇ ਕਿਹਾ ਕਿ ਇੱਕ ਹੱਲ ਹੈਗਾ ਜੀ, ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰ ਦਿਓ, ਅਤੇ ਟੂਰਿਸਟ ਵੀਜ਼ਾ ਅਪਲਾਈ ਕਰਨ ਦੇ ਲਈ ਬੰਸਲ ਸਾਹਿਬ ਕੋਲ ਤੁਸੀਂ ਆਉਣਾ, ਆ ਕੇ ਕਹਿਣਾ ਕਿ ਬੰਸਲ ਸਾਹਿਬ ਮੈਂ ਵਿਆਹ ਕਰਾਇਆ ਅਤੇ ਹੁਣ ਫਟਾਫਟ ਟੂਰਿਸਟ ਵੀਜ਼ਾ ਲਵਾ ਦਿਓ। ਹਾਲਾਂਕਿ ਟੂਰਿਸਟ ਵੀਜ਼ੇ ਦੀਆਂ ਜਿਹੜੀਆਂ ਐਪਲੀਕੇਸ਼ਨ ਆ ਉਹਦੇ ਵਿੱਚ ਵੀ ਗਵਰਨਮੈਂਟ ਆ ਜਿਹੜਾ ਇਮੀਗ੍ਰੇਸ਼ਨ ਡਿਪਾਰਟਮੈਂਟ ਉਹ ਸਖ਼ਤ ਹੋਇਆ ਹੋਇਆ, ਪਰ ਫਿਰ ਵੀ ਟਰਾਈ ਕਰਨ ਦੇ ਵਿੱਚ ਕੋਈ ਹਰਜ ਨਹੀਂ। ਅਤੇ ਜੇਕਰ ਤੁਸੀਂ ਵੀ ਟਰਾਈ ਕਰਨਾ 0406
हल है पार्टनर वीजे नूं लैके जेकर तुहाडा कोई कंसर्न है उसका हल आ ਲੱਭਿਆ ਜਾ ਸਕੇ ਮਤਲਬ ਪਿਛਲੀ ਵਾਰੀ ਆਪਾਂ ਗੱਲ ਕੀਤੀ ਸੀ 309 ਦਾ ਜਿਹੜਾ ਪ੍ਰੋਸੈਸਿੰਗ ਟਾਈਮ ਆ ਉਹਦੇ ਵਿੱਚ ਡਿਲੇ ਆ ਉਹਦੇ ਬਾਰੇ ਕੋਈ ਅਪਡੇਟ ਆਪਾਂ ਦੇਣੀ ਹੋਵੇ ਤਾਂ ਨਹੀਂ ਉਹਦੇ ਵਿੱਚ ਕੋਈ ਡਿਲੇ ਨਹੀਂ ਸੀ ਪਿਛਲੀ ਵਾਰ ਵੀ ਡਿਲੇ ਸੀਗਾ ਜੇ ਹੁਣ ਵੀ ਤਕਰੀਬਨ ਅਪ ਟੂ 2 ਸਾਲ ਕੀ ਲੱਗ ਰਹੇ ਨੇ ਜੀ ਤਾਂ ਟੈਂਪਰੇਰੀ ਗਵਰਨਮੈਂਟ ਨੇ ਥੋੜੇ ਮੈਜਰ ਕੀਤਾ ਸੀਗਾ ਪਰ ਹੁਣ ਫੇਰ ਵੀ ਆਰ ਰਿਲੈਕਸਿੰਗ ਅਗੇਨ ਐਟ ਸੇਮ ਪਲੇਸ ਟੀ ਯਾਰੀ ਜੀ ਵੀ ਦੇਰ ਆਰ ਲੋਟ ਆਫ ਡਿਲੇਸ ਆਲ ਕਾਈਂਡ ਆਫ ਵੀਜ਼ਾ ਜੀ ਜੀ ਤਾਂ ਗਵਰਨਮੈਂਟ ਨੇ ਜਿਹੜੀ ਪਹਿਲਾਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਸੀ ਦੇ ਡਿਡਨਟ ਸਟਿਕ ਟੂ ਐਨੀਥਿੰਗ ਜੀ ਤੇ ਸਾਰੀ ਚੀਜ਼ਾਂ ਦੇ ਆਰ ਆਲ ਮਤਲਬ ਕਿ ਜਿਹੜਾ ਕੁਝ ਵੀ ਬਣਾ ਰਿਹਾ ਔਰ ਫਾਲਿੰਗ ਬੈਕ ਫਾਲਿੰਗ ਅਪਾਰਟ ਮਤਲਬ ਇੱਕ ਸਵਾਲ ਉਹ ਆਪਣੇ ਇਸ ਟੌਪਿਕ ਨਾਲ ਵੀ ਮਿਲਦਾ ਜੁਲਦਾ ਜੀ ਤੇ ਵੈਸੇ ਵੀ ਅੱਜ ਮੇਰੀ ਕੁਦਰਤੀ ਗੱਲ ਹੋ ਰਹੀ ਸੀ ਕਿਸੇ ਮੇਰੇ ਮਿੱਤਰ ਨਾਲ ਉਹਨਾਂ ਨੇ ਵੀਜ਼ਾ ਲਗਾਇਆ ਹੋਇਆ ਜੀ ਉਹਦੇ ਵਿੱਚ ਡਿਲੇ ਹੋ ਰਿਹਾ ਉਹ ਮੈਨੂੰ ਕਹਿੰਦਾ ਢਿੱਲੋਂ ਯਾਰ ਵੀ ਬਹੁਤ ਪਰੇਸ਼ਾਨ ਹੈ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਡਿਪਾਰਟਮੈਂਟ ਵਾਲੇ ਫਾਈਲ ਹੀ ਨਹੀਂ ਪਿੱਕ ਕਰ ਰਹੇ ਫਾਈਲ ਹੀ ਨਹੀਂ ਚੱਕ ਰਹੇ ਵੀ ਅਸੀਂ ਤਾਂ ਟਿਕਟਾਂ ਵੀ ਕਰਾਈ ਬੈਠੇ ਹਾਂ ਵੀ ਸਾਨੂੰ ਉਮੀਦ ਸੀਗਾ ਵੀ ਇੰਨੇ ਟਾਈਮ 'ਚ ਆਜੂਗਾ ਉਦੋਂ ਵੀ ਆਪਾਂ ਨੂੰ ਟਿਕਟਾਂ ਸਸਤੀਆਂ ਮਿਲਦੀਆਂ ਆਪਾਂ ਟਿਕਟਾਂ ਕਰਾ ਲਈਏ ਵੀ ਵੀਜ਼ਾ ਤਾਂ ਆਈ ਜਾਣਾ ਹੁਣ ਇੱਕ ਸਵਾਲ ਇਹ ਆ ਕਿ ਕੀ ਕੋਈ ਅਜਿਹਾ ਆਪਣੇ ਕੋਲ ਟੂਲ ਹੈਗਾ ਕੋਈ ਅਜਿਹਾ ਮੰਤਰ ਹੈਗਾ ਜਿਹਦੇ ਨਾਲ ਆਪਾਂ ਫਾਸਟ ਟਰੈਕ ਕਰ ਸਕੀਏ ਆਪਣੀ ਐਪਲੀਕੇਸ਼ਨ ਨਹੀਂ ਜੀ ਇਸ ਤਰ੍ਹਾਂ ਦਾ ਕੋਈ ਟੂਲ ਨਹੀਂ ਹੁੰਦਾ ਜੀ ਕੋਈ ਫਾਸਟ ਟਰੈਕ ਨਹੀਂ ਹੁੰਦੀ ਜੀ ਇਫ ਯੂ ਹੈਵ ਅ ਸਮ ਕੰਪੈਲਿੰਗ ਰੀਜ਼ਨ ਮਤਲਬ ਕਿ ਵੀ ਦੈਨ ਯੂ ਕੈਨ ਆਲਵੇਸ ਟਰਾਈ ਟੂ ਆਸਕ ਬਟ ਨਾਰਮਲੀ ਦੇ ਡੋਨਟ ਡੂ ਇਟ ਕਿਉਂਕਿ ਉਹ ਸਾਰਾ ਸਾਡੇ ਵਰਗੇ ਜਿਹੜੇ ਸਾਡੇ ਵਰਗੇ ਨੇ ਮੈਂ ਹੋਇਆ ਮੇਰੇ ਦਰਸ਼ਕ ਹੋਏ ਖਾਸ ਕਰਕੇ ਪਾਰਕ ਸਾਹਿਬ ਵਰਗੇ ਹੋਏ ਸਾਡੇ ਤਾਂ ਹੱਥ ਜਮੀ ਬੰਨੇ ਹੁੰਦੇ ਨੇ ਜੀ ਸਾਨੂੰ ਤਾਂ ਇਮੀਗ੍ਰੇਸ਼ਨ ਤੇ ਕੁਝ ਲੱਭਦਾ ਹੀ ਨਹੀਂ ਪਰ ਮਤਲਬ ਤੁਹਾਨੂੰ ਇਮੀਗ੍ਰੇਸ਼ਨ ਲਈ ਉਹ ਕੋਈ ਖਾਸ ਸੁਪਰ ਪਾਵਰ ਨਹੀਂ ਦਿੱਤੀ ਹੋਈ ਕਿ ਤੁਸੀਂ ਮਾੜਾ ਜਿਹਾ ਸ਼ੌਕ ਹੈ ਇਸ ਤਰ੍ਹਾਂ ਦੀ ਕੋਈ ਸੁਪਰ ਪਾਵਰ ਨਹੀਂ ਕਿਸੇ ਏਜੰਟ ਕੋਲ ਵੀ ਨਹੀਂ ਦੇਰ ਆਰ ਫਿਊ ਜਿਹੜੇ ਐਡਵਰਟਾਈਜ਼ ਕਰਦੇ ਨੇ ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਪਰ ਤੁਸੀਂ ਵੀ ਜਿਹੜੀ ਅੰਦਰ ਝਾਤ ਮਾਰ ਨਹੀਂ ਸਕਦੇ ਨਹੀਂ ਬਿਲਕੁਲ ਨਹੀਂ ਮਾਰ ਸਕਦੇ ਜੀ ਸਾਰੇ ਲਈ ਕੋਈ ਤਰ੍ਹਾਂ ਦਾ ਲਾਅ ਹੈ ਜੀ ਇੱਕੋ ਤਰ੍ਹਾਂ ਦਾ ਹੀ ਸਾਰਿਆਂ ਦੇ ਉੱਤੇ ਅਪਲਾਈ ਹੁੰਦਾ ਜੀ ਬਿਲਕੁਲ ਜੀ ਜਿਹੜਾ ਕਾਨੂੰਨ ਹੈ ਜੀ ਉਹਨੇ ਵਾਕਈ ਪੱਟੀ ਬੰਨੀ ਹੋਈ ਹੈ ਸਾਰਿਆਂ ਲਈ ਬਰਾਬਰ ਹੀ ਹੈ ਜੀ ਉਹ ਚਲੋ ਖੈਰ ਜੀ ਪਰ ਜੇਕਰ ਤੁਸੀਂ ਵੀ ਆਪਣਾ ਕਿਉਂਕਿ ਜੇਕਰ ਲਾਈਨ 'ਚ ਲੱਗੋਗੇ ਤਾਂ ਹੀ ਜਿਹੜੀ ਤੁਹਾਡੀ ਵਾਰੀ ਆਉਣੀ ਹੈ ਜੀ ਮਤਲਬ ਜਿਹੜੀ ਪ੍ਰੋਸਪੈਕਟਿਵ ਮੈਰਿਜ ਵੀਜ਼ਾ ਜੀ ਇਹਦੇ ਬਾਰੇ ਵੀ ਜਾਣਕਾਰੀ ਦੇ ਦਈਏ ਆਪਾਂ ਹਾਂਜੀ ਬਿਲਕੁਲ ਜਿਵੇਂ ਪਹਿਲਾਂ ਦੱਸਿਆ ਜੀ ਜੇ ਤੁਹਾਡੀ ਮੰਗਣੀ ਹੋ ਚੁੱਕੀ ਹੈ ਜੇ ਇੰਟੈਂਡਿੰਗ ਟੂ ਗੈਟ ਮੈਰਿਡ ਇਨ ਨੈਕਸਟ ਈਅਰ ਉਹ ਥੋੜ੍ਹਾ ਜਿਹਾ ਡਿਲੇ ਹੈ ਤੁਸੀਂ ਪ੍ਰੋਸਪੈਕਟਿਵ ਮੈਰਿਜ ਵੀਜ਼ਾ ਅਪਲਾਈ ਕਰ ਸਕਦੇ ਹੋ ਜੀ ਇਹਦੇ ਵੀ ਤੁਸੀਂ ਕਹਿਣਾ ਵੀ ਜਦੋਂ ਵੀਜ਼ਾ ਲੱਗ ਗਿਆ ਉਹਦੇ 9 ਮਹੀਨੇ ਵਿੱਚ ਅਸੀਂ ਵਿਆਹ ਕਰਾ ਲਾਂਗੇ ਅਸੀਂ ਜੈਨੂਇਨ ਕਪਲ ਹਾਂ ਫਿਜ਼ੀਕਲੀ ਇੱਕ ਦੂਜੇ ਨੂੰ ਮਿਲੇ ਹਾਂ ਤੇ ਅਸੀਂ ਜਾਣਦੇ ਹਾਂ ਤੇ ਅਸੀਂ ਜੈਨੂਇਨਲੀ ਇੰਟੈਂਡ ਕਰਦੇ ਹਾਂ ਅਸੀਂ ਇਕੱਠੇ ਐਜ਼ ਅ ਮੈਰਿਡ ਕਪਲ ਰਹਾਂਗੇ ਇਹਦੇ ਲਈ ਆਨਰਸ ਆਫ ਪ੍ਰੂਫ ਮਤਲਬ ਜਿਹੜਾ ਪ੍ਰੂਫ ਦੇਣਾ ਤਕਰੀਬਨ ਸਿਮਿਲਰ ਹੀ ਪਾਰਟਨਰ ਵੀਜ਼ਾ ਹੋ ਜਾਂਦਾ ਜੀ ਤੇ ਡਿਊਰਿੰਗ ਇਹਦੀ ਪ੍ਰੋਸੈਸਿੰਗ ਜਿਹਨੂੰ 9 ਤੋਂ 15 ਮਹੀਨੇ ਹੈ ਜੀ ਜਿਹੜੇ 9 ਤੋਂ 15 ਮਹੀਨੇ ਵਿੱਚ ਵਿੱਚ ਜੇ ਕਿ ਤੁਹਾਡਾ ਵਿਆਹ ਹੋ ਜਾਂਦਾ ਦੈਨ ਤੁਸੀਂ ਇਹ ਵੀਜ਼ਾ ਨੂੰ ਕਨਵਰਟ ਕਰ ਸਕਦੇ ਹੋ ਹਾਂਜੀ ਤੇ ਜਿਹੜਾ ਇਹਨੂੰ ਅਪਲਾਈ ਕੌਣ ਕਰ ਸਕਦਾ ਜੀ ਕੀ ਮਤਲਬ ਉਹੀ ਪਾਰਟਨਰ ਵੀਜ਼ੇ ਵਾਲੀ ਕੈਟੇਗਰੀ ਹੈ ਜੀ ਸਰ ਪਰਮਨ ਰੈਜ਼ੀਡੈਂਟ ਜਾਂ ਸਿਟੀਜ਼ਨ ਵਦੇ ਹੀ ਅਪਲਾਈ ਕਰ ਸਕਦੇ ਨੇ ਜੀ ਆਪਣੇ ਪਾਰਟਨਰ ਤੇ ਜੀ ਆਪਣੇ ਫਿਊਚਰ ਪਾਰਟਨਰ ਲਈ ਸੋ ਬਿਲਕੁਲ ਜੀ ਉਮੀਦ ਕਰਦੇ ਹਾਂ ਦੋਸਤੋ ਜਿਹੜੇ ਅੱਜ ਦੇ ਪਾਰਟਨਰ ਵੀਜ਼ੇ ਦੇ ਨਾਲ ਸੰਬੰਧਿਤ ਜਿਹੜੇ ਤੁਹਾਡੇ ਸਵਾਲ ਸੀਗੇ ਉਹਨਾਂ ਦੇ ਕਿਉਂਕਿ ਹਰੇਕ ਜਿਹੜਾ ਵੀ ਕੋਈ ਇਨਸਾਨ ਆ ਕੋਈ ਲੜਕੀ ਕੋਈ ਲੜਕਾ ਪਾਰਟਨਰ ਵੀਜ਼ੇ ਦੇ ਚੱਕਰਾਂ ਦੇ ਵਿੱਚ ਫਸਿਆ ਹੋਇਆ ਜਾਂ ਉਹਨੇ ਫਾਈਲ ਲਾਉਣੀ ਆ ਉਹਨਾਂ ਦੇ ਸਵਾਲ ਤਕਰੀਬਨ ਆਲਮੋਸਟ ਇਹੀ ਹੁੰਦੇ ਨੇ ਜਿਹੜੇ ਅਸੀਂ ਪਿਛਲੇ ਲਗਭਗ 20-25 ਮਿੰਟਾਂ ਤੋਂ ਡਿਸਕਸ ਕਰ ਰਹੇ ਹਾਂ ਜੇਕਰ ਤੁਸੀਂ ਹੁਣੇ ਹੁਣੇ ਸਾਡੇ ਪ੍ਰੋਗਰਾਮ ਨੂੰ ਦੇਖਣਾ ਸ਼ੁਰੂ ਕੀਤਾ ਜਿਵੇਂ ਸੁਰੇਸ਼ ਬਾਂਸਲ ਜੀ ਨੇ ਸ਼ੁਰੂ ਕੀਤਾ ਉਹ ਕਹਿੰਦੇ ਨੇ ਕਿ ਗੁੱਡ ਇਨਫੋਰਮੇਸ਼ਨ ਹੈ ਜੀ ਸ਼ੁਕਰੀਆ ਬਾਂਸਲ ਸਾਹਿਬ ਤੁਹਾਡਾ ਵੀ ਤੁਸੀਂ ਹਮੇਸ਼ਾ ਦੇਖਦੇ ਰਹਿੰਦੇ ਹੋ ਹੱਲਾਸ਼ੇਰੀ ਦਿੰਦੇ ਰਹਿੰਦੇ ਹੋ ਜੀ ਜੇਕਰ ਤੁਸੀਂ ਵੀ ਹੁਣੇ ਹੁਣੇ ਦੇਖਣਾ ਸ਼ੁਰੂ ਕੀਤਾ ਜੀ ਤਾਂ ਤੁਸੀਂ ਪਿੱਛੇ ਤੋਂ ਸ਼ੁਰੂ ਕਰਿਓ ਉੱਥੋਂ ਜਿਹੜੀ ਸਾਰੀ ਲਗਾਤਾਰ ਸਾਡੀ ਸਵਾਲ ਜਵਾਬ ਸੀਗੇ ਇਨਫੋਰਮੇਸ਼ਨ ਸੀਗੀ ਉਹ ਪਾਰਟਨਰ ਵੀਜ਼ੇ ਦੇ ਇਰਦ ਗਿਰਦ ਜਿਹੜੇ ਤੁਹਾਡੇ ਸਵਾਲ ਨੇ ਉਹਨਾਂ ਦੇ ਲਈ ਹੀ ਡਿਸਕਸ ਹੋ ਰਹੇ ਸੀ ਮਤਲਬ ਹੁਣ ਆਪਾਂ ਚੱਲਦੇ ਹਾਂ ਜੀ ਕੇਸ ਸਟੱਡੀ ਵੱਲ ਜੀ ਉਹ ਕਹਿੰਦੇ ਕਿ ਮੇਰੇ ਪਾਰਟਨਰ ਦੇ 2 ਡਿਵੋਰਸਿਸ ਹੋਏ ਨੇ ਪਾਸਟ ਦੇ ਵਿੱਚ ਨਾਓ ਸ਼ੀ ਇਜ਼ ਪਲੈਨਿੰਗ ਟੂ ਅਪਲਾਈ ਫੋਰ ਅ ਪਾਰਟਨਰ ਵੀਜ਼ਾ ਫੋਰ ਮੀ ਉਹ ਹੁਣ ਮੇਰੇ ਲਈ ਉਹਨੇ ਪਾਰਟਨਰ ਵੀਜ਼ਾ ਜਿਹੜਾ ਪਾਉਣਾ ਉਹ ਕਹਿੰਦੇ ਵੀ ਕੀ ਇਹਦੇ ਵਿੱਚ ਕੋਈ ਨਾ ਕੋਈ ਇਸ ਗੱਲ ਦਾ ਐਡਵਰਸ ਇਫੈਕਟ ਹੋਣਗੇ ਮੇਰੀ ਐਪਲੀਕੇਸ਼ਨ ਦੇ ਵਿੱਚ ਕਿ ਉਹਦੇ ਪਹਿਲਾਂ 2 ਡਿਵੋਰਸ ਹੋ ਚੁੱਕੇ ਨੇ ਦੇਖੋ ਜੀ ਐਸ ਅ ਡਿਵੋਰਸ ਕੋਈ ਮਤਲਬ ਕਿ ਰਿਵਰਸ ਇਫੈਕਟ ਨਹੀਂ ਹੁੰਦੇ ਜਸਟ ਇਨਫੋਰਮੇਸ਼ਨ ਵਿੱਚ ਨੀਡ ਟੂ ਬੀ ਪ੍ਰੋਵਾਈਡਡ ਜੇ ਪਹਿਲਾਂ ਹੀ ਆਪਾਂ ਡਿਟੇਲ ਦੇ ਨਾਲ ਵਿੱਚ ਐਕਸਪਲੇਨੇਸ਼ਨ ਪ੍ਰੋਵਾਈਡ ਕਰ ਦਿੰਦੇ ਤਾਂ ਕੋਈ ਇਸ਼ੂ ਨਹੀਂ ਹੁੰਦਾ ਜੀ ਪਰ ਇਹ ਜ਼ਰੂਰ ਮੈਟਰ ਕਰਦਾ ਕਿ ਤੁਸੀਂ ਪਾਰਟਨਰ ਵੀਜ਼ੇ ਨੂੰ ਐਜ਼ ਅ ਟੂਲ ਤਾਂ ਨਹੀਂ ਯੂਜ਼ ਕਰ ਰਹੇ ਲੋਕਾਂ ਨੂੰ ਪੱਕਾ ਕਰਾਉਣ ਲਈ ਜਾਂ ਐਜ਼ ਅ ਤੁਸੀਂ ਜਨਰਲੀ ਮੈਰਿਡ ਨਹੀਂ ਹੈਗੇ ਸਿਰਫ ਅੱਗੇ ਪੀ ਆਰ ਦਿਵਾਉਣ ਦੇ ਲਈ ਇਸ ਨੂੰ ਯੂਜ਼ ਕਰ ਰਹੇ ਹੋ ਦੈਨ ਇਸ਼ੂ ਹੋ ਸਕਦਾ ਜੀ ਬਾਕੀ ਦੇ ਸਟੈਚੂਰੀ ਲਿਮਿਟੇਸ਼ਨ ਵੀ ਨਹੀਂ ਜੀ ਕਿ ਤੁਸੀਂ ਕਿਸੇ ਕੋਈ ਬੰਦਾ ਲੈਕਟਰ ਸਿਰਫ 2 ਵਾਰ ਹੀ ਸਪੋਂਸਰ ਕਰ ਸਕਦਾ ਜੀ ਅਨਲੈਸ ਅੰਟਿਲ ਐਕਸੈਪਸ਼ਨਲ ਸਰਕਮਸਟੈਂਸਸ ਨੇ ਤੇ ਜੇ ਅਸੀਂ ਇੱਕ ਵਾਰ ਸਪੋਂਸਰ ਕਰਤਾ ਤਾਂ ਦੂਸਰੇ ਬੰਦੇ ਸਪੋਂਸਰ ਹੋਣ ਦੇ ਲਈ 5 ਸਾਲ ਤੱਕ ਵੇਟ ਕਰਨੀ ਪੈਣੀ ਹੈ ਜੀ ਜੀ ਤਾਂ ਜੀ ਪਾਰਟਨਰ ਵੀਜ਼ਾ ਜਾਂ ਵੀਜ਼ਾ ਕੋਈ ਉਹਨਾਂ ਚੀਜ਼ ਇਨਵੋਲਵ ਨਹੀਂ ਹੈਗਾ ਡੈਫਨਿਟਲੀ ਕੋਈ ਟੈਂਸ਼ਨ ਨਹੀਂ ਵੀਜ਼ਾ ਵਗੈਰਾ ਹੈਗਾ ਤਾਂ ਯੂ ਸ਼ੁੱਡ ਬੀ ਅਵੇਅਰ ਆਫ ਆਲ ਦੀਸ ਲਿਮਿਟੇਸ਼ਨਸ ਜੀ
अगे चलते जी अगे सुखदीप कौर ने जी वह कह रहे हैं कि मेरा नाम सुखदीप कौर है, मेरा रीसेंटली 190 ग्रांट होया, मेरी मैरिज होने वाली है नैक्सट मंथ, मेरे पार्टनर दे 3 रिफ्यूजल ने आस्ट्रेलिया दे, एक स्टूडेंट वीजे दा ते 2 टूरिस्ट वीजे दे, की इस दा कुछ इशू हो सकता है पार्टनर वीजे दे? देखो जी पार्टनर वीजे दे जेडी रिक्वायरमेंट है जेन्युइन थोड़ा रिलेशनशिप होना दे, जे थोड़े रिफ्यूजल होए ने कि वो जेन्युइन टूरिस्ट नहीं हैगा, जेन्युइन स्टूडेंट नहीं हैगा, देन कोई इशू नहीं, पर जे उन्हां ने कोई इशू कीता कि तुहाडे रिलेशनशिप तो हैप्पी नहीं, then it needs to be dealt very differently. ਤਾਂ ਜੇ ਰਿਲੇਸ਼ਨਸ਼ਿਪ ਦੇ ਉੱਤੇ ਕੋਈ ਡਾਊਟ ਨਹੀਂ ਹੈਗਾ, ਨਾਰਮਲ ਰਿਫਿਊਜ਼ਲ ਨੇ ਜਿਵੇਂ ਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਦੇ ਰਹੇ ਨੇ, ਤਾਂ ਘਬਰਾਉਣ ਦੀ ਲੋੜ ਨਹੀਂ, ਪਾਰਟਨਰ ਵੀਜ਼ੇ ਦੀ ਦਿੱਕਤ ਨਹੀਂ ਆਉਣੀ ਜੀ। ਅੱਗੇ ਚੱਲਦੇ ਜੀ, ਉਹ ਕਹਿੰਦੇ ਕਿ ਆਈ ਗੋਟ ਮਾਈ 801 ਅਪਰੂਵਡ, ਨਾਓ ਆਈ ਐਮ ਸੈਪਰੇਟਡ ਫਰੋਮ ਮਾਈ ਹਸਬੈਂਡ, ਕੈਨ ਦਿਸ ਇਫੈਕਟ ਮਾਈ ਪੀਆਰ, ਕੈਨ ਦ ਡਿਪਾਰਟਮੈਂਟ ਟੇਕ ਐਨੀ ਐਡਵਰਸ ਐਕਸ਼ਨ ਔਨ ਮਾਈ ਪੀਆਰ ਸਟੇਟਸ? ਨਹੀਂ ਜੀ, ਜੇ ਤੁਹਾਡਾ 801 ਅਪਲਾਈ ਹੋ ਚੁੱਕਿਆ ਤਾਂ ਤੁਸੀਂ ਪਰਮਨੈਂਟ ਰੈਜ਼ੀਡੈਂਟ ਹੋ, ਐਸ ਲੌਂਗ ਐਜ਼ ਐਟ ਦਾ ਟਾਈਮ ਆਫ ਗ੍ਰਾਂਟ ਤੁਸੀਂ ਜੈਨੂਇਨਲੀ ਰਿਲੇਸ਼ਨਸ਼ਿਪ ਦੇ ਵਿੱਚ ਸੀਗੇ ਜੀ, ਤੇ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਆ, ਕੋਈ ਇਸਨੂੰ ਐਜ਼ ਅ ਟੂਲ ਨਹੀਂ ਯੂਜ਼ ਕੀਤਾ ਸਰ ਪਰਮਨੈਂਟ ਰੈਜ਼ੀਡੈਂਸੀ ਲੈਣ ਦੇ ਲਈ, ਤਾਂ ਤੁਹਾਨੂੰ ਕੋਈ ਵੀ ਘਬਰਾਉਣ ਦੀ ਲੋੜ ਨਹੀਂ ਹੈਗੀ ਜੀ। ਅੱਗੇ ਸਾਡੇ ਇੱਕ ਦੋਸਤ ਨੇ, ਉਹ ਕਹਿੰਦੇ ਮੈਂ ਆਪਣਾ ਨਾਮ ਜ਼ਾਹਿਰ ਨਹੀਂ ਕਰਨਾ ਚਾਹੁੰਦਾ, ਪਰ ਮੈਂ ਆਪਣੀ ਗਰਲਫ੍ਰੈਂਡ ਦਾ ਵੀਜ਼ਾ ਲਵਾਇਆ ਸੀਗਾ, ਪਾਰਟਨਰ ਵੀਜ਼ਾ, ਉਹਦੇ ਲਈ ਅਪਲਾਈ ਕੀਤਾ ਸੀ ਪਰ ਮੈਨੂੰ ਰਿਫਿਊਜ਼ਲ ਮਿਲ ਗਈ ਜੀ, ਉਹ ਕਹਿੰਦੇ ਹੁਣ ਮੇਰੇ ਕੋਲ ਕੀ ਆਪਸ਼ਨਸ ਬਚੀਆਂ ਨੇ? ਦੇਖੋ ਜੀ, ਇਹ ਤਾਂ ਸੀਰੀਅਸ ਚੀਜ਼ ਹੈ ਕਿ ਜੇ ਤੁਸੀਂ ਅਪਲਾਈ ਕੀਤਾ ਤੇ ਰਿਫਿਊਜ਼ਲ ਹੋ ਚੁੱਕੀ ਹੈ ਜੀ, ਤਾਂ ਇਹਦੇ ਲਈ 2-3 ਚੀਜ਼ਾਂ ਨੇ ਜੀ। ਇੱਕ ਤਾਂ ਤੁਸੀਂ ਉਹਦੀ ਏਜ ਦੀ ਵੀ ਅਪਲਾਈ ਕਰ ਸਕਦੇ, ਜਿਹਨੂੰ 3 ਸਾਲ ਤੱਕ ਦਾ ਟਾਈਮ ਲੱਗ ਜਾਂਦਾ ਜੀ, ਪਰ ਲੁਕਿੰਗ ਐਟ ਕਿ ਪਾਰਟਨਰ ਵੀਜ਼ੇ ਨੂੰ ਵੀ ਤਕਰੀਬਨ 2-2.5 ਸਾਲ ਲੱਗ ਜਾਂਦੇ ਨੇ, ਤਾਂ ਏਜ ਦੀ ਗੁੱਡ ਵੀ ਅਨਦਰ ਆਪਸ਼ਨ ਜੀ, ਜਾਂ ਜਿਹੜੇ ਰਿਫਿਊਜ਼ਲ ਹੁੰਦੇ ਰੀਜ਼ਨ ਨੇ ਤੁਸੀਂ ਉਹਨਾਂ ਨੂੰ ਸਹੀ ਕਰਕੇ ਦੁਬਾਰਾ ਤੋਂ ਵੀਜ਼ਾ ਅਪਲਾਈ ਕਰ ਸਕਦੇ ਹੋ ਜੀ ਪਾਰਟਨਰ ਵੀਜ਼ਾ। ਬਿਲਕੁਲ ਜੀ, ਤੇ ਜੇਕਰ ਤੁਸੀਂ ਦੁਬਾਰਾ ਪਾਰਟਨਰ ਵੀਜ਼ਾ ਅਪਲਾਈ ਕਰਨਾ ਤਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਸਰਵਿਸਿਜ਼ ਲੈਣੀਆਂ ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟ ਦੀਆਂ, 0406-660-960 ਇਹ ਨੰਬਰ ਹੈ ਜੀ, ਤੇ ਇਹਨਾਂ ਦਾ ਐਡੀਲੇਡ ਦੇ ਵਿੱਚ ਵੀ ਦਫ਼ਤਰ ਹੈ, ਹੈੱਡ ਆਫਿਸ ਜਿੱਥੋਂ ਅਸੀਂ ਅੱਜ ਲਾਈਵ ਕਰ ਰਹੇ ਹਾਂ, ਯਾਨੀ ਕਿ ਮੈਲਬੌਰਨ ਦੇ ਵਿੱਚ ਹੈੱਡ ਆਫਿਸ ਹੈ ਜੀ, ਤੁਸੀਂ ਇੱਥੇ ਆ ਕੇ ਵੀ ਇਹਨਾਂ ਨੂੰ ਮਿਲ ਸਕਦੇ ਹੋ। ਅੱਗੇ ਚੱਲਦੇ ਹਾਂ ਜੀ, ਉਹ ਕਹਿੰਦੇ ਕੀ ਪਾਰਟਨਰ ਨੂੰ ਡਿਪੈਂਡੈਂਟ ਵੀਜ਼ਾ ਤੇ ਐਡ ਕੀਤਾ ਜਾ ਸਕਦਾ ਹੈ ਜੇ ਉਹ ਆਸਟ੍ਰੇਲੀਆ ਦੇ ਵਿੱਚ ਟੂਰਿਸਟ ਵੀਜ਼ੇ ਤੇ ਆਏ ਹੋਏ ਨੇ? ਹਾਂਜੀ, ਜੇ ਤੁਹਾਡੇ ਕੋਲ ਆਪਣਾ ਕੋਈ ਵੈਲਿਡ ਵੀਜ਼ਾ ਹੈਗਾ, ਸਟੂਡੈਂਟ ਵੀਜ਼ਾ, TR ਜਾਂ ਫੋਰਨ ਦੇ ਵੀਜ਼ਾ ਹੈਗੀ ਆ, ਤੇ ਤੁਹਾਡੇ ਪਾਰਟਨਰ ਦੇ ਟੂਰਿਸਟ ਵੀਜ਼ੇ ਉੱਤੇ ਕੋਈ ਕੰਡੀਸ਼ਨ ਨਹੀਂ ਹੈਗੀ, ਤਾਂ ਡੈਫੀਨਿਟਲੀ ਉਹਨੂੰ ਐਡ ਕੀਤਾ ਜਾ ਸਕਦਾ ਹੈ। ਆਪਣੇ ਇੱਕ ਮਿੱਤਰ ਨੇ ਜੋ ਕਲੇਟਨ ਤੋਂ ਨੇ, ਉਹ ਕਹਿੰਦੇ ਕਿ ਮੈਂ ਸਰਟੀਫਿਕੇਟ 3 ਕਰ ਰਿਹਾ ਕੈਬਨਿਟ ਮੇਕਿੰਗ ਦੇ ਵਿੱਚ, ਤੇ ਮੇਰੀ ਇੱਕ ਗਰਲਫ੍ਰੈਂਡ ਹੈ ਜੀ ਇੰਡੀਆ ਦੇ ਵਿੱਚ, ਉਹ ਕਹਿੰਦੇ ਮੈਂ ਰਾਤ ਨੂੰ ਫੋਨ ਫਾਨ ਤਾਂ ਕਰ ਲੈਂਦਾ ਹੁੰਦਾ, ਪਰ ਹੁਣ ਇਹ ਉਹ ਜਿੱਦ ਕਰ ਰਹੀ ਹੈ ਕਿ ਉਹਨੇ ਵੀ ਆਉਣਾ, ਪਰ ਮੈਂ ਡਿਕਲੇਅਰ ਨਹੀਂ ਕੀਤਾ ਸੀ ਜਦੋਂ ਮੈਂ ਆਪਦਾ ਸਟੂਡੈਂਟ ਵੀਜ਼ਾ ਲਵਾਇਆ ਸੀ, ਜਿਹੜੀ ਮੇਰੀ ਗਰਲਫ੍ਰੈਂਡ ਇੰਡੀਆ ਦੇ ਵਿੱਚ ਹੈਗੀ ਆ, ਹੁਣ ਕੀ ਉਹਨੂੰ ਮੈਂ ਡਿਫੈਕਟੋ ਬਣਾ ਸਕਦਾ? ਦੇਖੋ, ਕਰੰਟਲੀ ਡਿਫੈਕਟੋ ਡੈਫੀਨਿਟਲੀ ਬਣਾ ਸਕਦੇ ਹੋ, ਪਰ ਫਿਰ ਵੀ ਅਸੀਂ ਸਟੂਡੈਂਟ ਡਿਪੈਂਡੈਂਟ ਦੇ ਵਿੱਚ ਅਸੀਂ ਤਕਰੀਬਨ ਰਿਕਮੈਂਡ ਨਹੀਂ ਕਰਦੇ ਜੀ। ਡੈਫੀਨਿਟਲੀ ਦੇਖੋ, ਇੰਡੀਅਨ ਲਈ ਖਾਸ ਕਰਕੇ ਨਾ ਮੈਰਿਜ ਇੱਕ ਵੱਡਾ ਅਫੇਅਰ ਹੁੰਦਾ ਜੀ, ਤਾਂ ਵਿਗੜ ਕੇ ਰੀਜ਼ਨ ਵੀ ਕੀ ਚੱਕਰ ਤੁਸੀਂ ਜਾ ਕੇ ਵਿਆਹ ਨਹੀਂ ਕਰਾ ਰਹੇ ਤੇ ਉਰੇ ਰਹਿ ਕੇ ਹੀ ਡਿਫੈਕਟੋ ਕਿਉਂ ਅਪਲਾਈ ਕਰ ਰਹੇ? ਸਕਰੂਟਨਾਈਜ਼ ਵੀ ਜ਼ਿਆਦਾ ਹੋਊਗਾ, ਤੇ ਜਿਵੇਂ ਅੱਜ ਕੱਲ੍ਹ ਰਿਫਿਊਜ਼ਲ ਬਹੁਤ ਆ ਰਹੇ ਨੇ, ਤੇ ਜੇ ਉਹ ਤੁਹਾਡੇ ਰਿਲੇਸ਼ਨਸ਼ਿਪ ਬੇਸ ਤੇ ਰਿਫਿਊਜ਼ਲ ਆ ਗਈ, ਤਾਂ ਤੁਹਾਡੇ ਫਿਊਚਰ 'ਚ ਬੜੀ ਦਿੱਕਤ ਆ ਸਕਦੀ ਆ। ਤਾਂ ਅਸੀਂ ਇਹੀ ਰਿਕਮੈਂਡ ਕਰਦੇ ਵੀ ਏਦਾਂ ਦਾ ਰਿਸਕ ਨਾ ਲਿੱਤਾ ਜਾਵੇ ਜੀ। ਜੇ ਤੁਸੀਂ ਜੈਨੂਇਨ ਇੰਟੈਂਟ ਬੁਲਾਉਣਾ ਚਾਹੁੰਦੇ ਹੋ ਤਾਂ ਗੋ ਗੈਟ ਮੈਰਿਡ ਐਂਡ ਅਪਲਾਈ ਫੋਰ ਦ ਵੀਜ਼ਾ ਜੀ। ਬਿਲਕੁਲ ਜੀ, ਹਾਲਾਂਕਿ ਤੁਸੀਂ ਸਟੂਡੈਂਟ ਵੀਜ਼ੇ ਦੇ ਵਿੱਚ ਡਿਕਲੇਅਰ ਨਹੀਂ ਕੀਤਾ ਸੀ, ਪਰ ਘਰਦਿਆਂ ਨੂੰ ਜ਼ਰੂਰ ਡਿਕਲੇਅਰ ਕਰ ਦਿਓ ਕਿ ਮੇਰੀ ਗਰਲਫ੍ਰੈਂਡ ਹੈ ਜੀ, ਤੇ ਤੁਸੀਂ ਜਾ ਕੇ ਇਹਨਾਂ ਦੇ ਨਾਲ ਵਿਆਹ ਕਰਾਓ, ਵਿਆਹ ਨੂੰ ਰਜਿਸਟਰ ਕਰਾਓ, ਆਪਣੇ ਜਿਹੜਾ ਰਿਲੇਸ਼ਨ ਹੈ ਉਸ ਨੂੰ ਰਜਿਸਟਰ ਕਰਵਾਓ, ਤੇ ਉਹਨਾਂ ਨੂੰ ਤੁਸੀਂ ਆਸਟ੍ਰੇਲੀਆ ਲਿਆ ਸਕਦੇ ਹੋ। ਤੁਸੀਂ ਵਿਆਹ ਕਰਵਾ ਕੇ ਆਸਟ੍ਰੇਲੀਆ ਆ ਜਾਓ, ਤੇ ਆ ਕੇ ਸਿੱਧੇ ਸਾਰੀ ਤੁਸੀਂ ਕਲੇਟਨ ਤੋਂ ਬਾਏ ਕਾਰ ਆ ਸਕਦੇ ਹੋ, ਬਾਏ ਤੁਸੀਂ ਟ੍ਰੇਨ ਆ ਸਕਦੇ ਹੋ। ਮੈਲਬੌਰਨ ਦੇ ਵਿੱਚ ਹੈੱਡ ਆਫਿਸ ਹੈ ਜੀ ਬਾਂਸਲ ਇਮੀਗ੍ਰੇਸ਼ਨ ਦਾ, ਪਰ ਆਉਣ ਤੋਂ ਪਹਿਲਾਂ 0406-660-960 ਤੇ ਅਪਾਇੰਟਮੈਂਟ ਜ਼ਰੂਰ ਲੈ ਲਿਓ ਜੀ, ਕਿਉਂਕਿ ਵੱਡੀ ਟੀਮ ਹੈ ਜੀ, ਵੱਡੇ ਜਿਹੜੇ ਤੁਹਾਡੇ ਵਰਗੇ ਦੋਸਤ ਮਿੱਤਰ ਨੇ ਆਉਂਦੇ ਨੇ, ਤਾਂ ਕਿ ਤੁਹਾਨੂੰ ਚੰਗੀ ਤਰੀਕੇ ਟ੍ਰੀਟ ਕੀਤਾ ਜਾ ਸਕੇ ਜੀ। ਇਸ ਲਈ ਅਪਾਇੰਟਮੈਂਟ ਲੈਣੀ ਹੈ ਜਿਹੜੀ ਉਹ ਜ਼ਰੂਰੀ ਹੈ। ਮਤਲਬ ਅੱਗੇ ਕਹਿ ਰਹੇ ਨੇ ਕਿ ਮੇਰੀ ਵਾਈਫ ਆਈ ਹੋਈ ਹੈ ਜੀ ਆਸਟ੍ਰੇਲੀਆ ਮੇਰੇ ਕੋਲ ਟੂਰਿਸਟ ਵੀਜ਼ੇ ਤੇ, ਪਰ ਉਹਨਾਂ ਦੇ ਕੋਲ 850-03 ਦੀ ਜਿਹੜੀ ਕੰਡੀਸ਼ਨ ਉਹ ਲੱਗੀ ਹੋਈ ਆ। ਮੈਂ ਅਪਲਾਈ ਕਰਨਾ ਚਾਹੁੰਦਾ ਉਹਨਾਂ ਦਾ ਪਾਰਟਨਰ ਵੀਜ਼ਾ, ਮੇਰੇ ਕੋਲ ਕੀ ਬੈਸਟ ਆਪਸ਼ਨਸ ਨੇ? ਦੇਖੋ ਜੀ, ਤੁਹਾਡੇ ਵਾਈਫ ਉਰੇ ਆਏ ਨਹੀਂ ਤਾਂ ਉਹਨਾਂ ਨੋ ਫਰਦਰ ਸੀ ਕੰਡੀਸ਼ਨ ਲੱਗੀ ਹੈ ਜੀ, ਤਾਂ ਤੁਸੀਂ ਬੇਸਿਕਲੀ ਟਰਾਈ ਕਰੋ ਵੀ ਉਹ ਕੰਡੀਸ਼ਨ ਰਿਮੂਵ ਹੋ ਜੇ। ਕੰਡੀਸ਼ਨ ਕੁਛ ਰੀਜ਼ਨ ਕਰਕੇ ਰਿਮੂਵ ਹੋਈ ਨੇ, ਪਰ ਉਹ ਸਰਕਮਸਟਾਂਸ ਆਸਟ੍ਰੇਲੀਆ ਆਉਣ ਤੋਂ ਬਾਅਦ ਜਾਂ ਵੀਜ਼ਾ ਗ੍ਰਾਂਟ ਤੋਂ ਬਾਅਦ ਅਰਾਈਜ਼ ਹੋਣੇ ਚਾਹੀਦੇ ਨੇ ਜੀ। ਤਾਂ ਜੇ ਉਹ ਰਿਵਿਊ ਕੰਡੀਸ਼ਨ ਰਿਮੂਵ ਹੋਏ ਤਾਂ ਤੁਸੀਂ ਆਨਸ਼ੋਰ ਪਾਰਟਨਰ ਵੀਜ਼ਾ ਪਾ ਸਕਦੇ ਹੋ, ਨਹੀਂ ਤਾਂ ਤੁਹਾਨੂੰ ਉਹਨੂੰ ਵਾਪਸ ਭੇਜਣਾ ਪੈਣਾ ਤੇ ਆਫਸ਼ੋਰ ਜਾ ਕੇ ਪਾਰਟਨਰ ਵੀਜ਼ਾ ਪਾਉਣਾ ਪੈਣਾ ਜੀ। ਜੀ, ਸੋ ਬਿਲਕੁਲ ਜੀ, ਅਗਲਾ ਤੇ ਲਾਸਟ ਸਵਾਲ ਜਿਹੜਾ ਲੈਂਦੇ ਚੱਲਦੇ ਜੀ, ਉਹ ਕਹਿੰਦੇ ਮੈਂ ਇੱਥੋਂ ਦੀ PR ਆ ਜੀ, ਮੈਂ ਆਪਣੇ ਹਸਬੈਂਡ ਨੂੰ ਡਿਪੈਂਡੈਂਟ ਅਪਲਾਈ ਕੀਤਾ ਸੀ ਤੇ ਜਿਹੜਾ ਗ੍ਰਾਂਟਰ ਵੀ ਹੋ ਗਿਆ ਸੀ ਪਿਛਲੇ ਸਾਲ, ਤੇ ਉਹਨਾਂ ਦੀ ਫਸਟ ਡੇਟ ਆਫ ਅਰਾਈਵਲ ਵਾਜ਼ ਇਨ ਮਾਰਚ ਵਿਚ ਇਜ਼ ਨਾਓ ਪਾਸਟ, ਹੁਣ ਮੇਰੇ ਕੋਲ ਕੀ ਆਪਸ਼ਨ ਆ?
ਬੈਟਰ ਹੈ ਜੀ ਕਿ ਫੈਸਿਲੀਟੇਸ਼ਨ ਲੈਟਰ ਮਿਲ ਜਾਂਦੇ ਡਿਪਾਰਟਮੈਂਟ ਤੋਂ, ਤੁਸੀਂ ਉਹਨੂੰ ਰਿਕੁਐਸਟ ਕਰੋ ਫੈਸਿਲੀਟੇਸ਼ਨ ਲੈਟਰ ਦੇ ਦੇਣ। ਨੋਰਮਲੀ ਡਿਪਾਰਟਮੈਂਟ ਫਸਟ ਡੇਅਰ ਫੈਂਟਰੀ ਨੂੰ ਇਨਫੋਰਸ ਨਹੀਂ ਕਰਦਾ, ਪਰ ਸਟਿਲ ਯੂ ਕੈਨ ਨੋਟ ਟੇਕ ਦਾ ਰਿਸਕ ਜੀ, ਕਿਉਂਕਿ ਹੋ ਸਕਦਾ ਏਅਰਲਾਈਨ ਤੁਹਾਨੂੰ ਚੜ੍ਹਨ ਤੋਂ ਰਿਫਿਊਜ਼ ਕਰ ਦੇ, ਇਮੀਗ੍ਰੇਸ਼ਨ ਐਂਟਰੀ ਰਿਫਿਊਜ਼ ਕਰ ਦੇਵੇ। ਤਾਂ ਬੈਟਰ ਹੈ ਜੀ ਜਦ ਆਪਣੇ ਏਜੰਟ ਨੂੰ ਕਹੋ ਇਮੀਗ੍ਰੇਸ਼ਨ ਈਮੇਲ ਕਰਕੇ ਉਹ ਫੈਸਿਲੀਟੇਸ਼ਨ ਲੈਟਰ ਅਰੇਂਜ ਕਰ ਦੇ। ਬਿਲਕੁਲ ਜੀ, ਹੋਰ ਵੀ ਬਹੁਤ ਸਾਰੇ ਜਿਹੜੇ ਢੰਗ ਨੇ, ਬਹੁਤ ਸਾਰੇ ਗੱਲਾਂ ਨੇ ਜਿਨ੍ਹਾਂ ਨੂੰ ਸਾਨੂੰ ਪਤਾ ਨਹੀਂ ਹੁੰਦਾ। ਜਿਹੜਾ ਹੁਣ ਇਹ ਲੈਟਰ ਕਹਿ ਰਹੇ ਨੇ, ਹਾਲਾਂਕਿ ਮੈਨੂੰ ਕਹਿਣ ਦੇ ਵਿੱਚ ਵੀ ਮੁਸ਼ਕਿਲ ਆ ਰਹੀ ਆ, ਤੇ ਉਹ ਲੈਟਰ ਤੁਸੀਂ ਡਿਪਾਰਟਮੈਂਟ ਤੋਂ ਲੈ ਸਕਦੇ ਹੋ। ਪਰ ਜੇਕਰ ਤੁਹਾਨੂੰ ਵੀ ਲੱਗਦਾ ਕਿ ਇਸ ਤਰ੍ਹਾਂ ਦੀ ਸਹੀ ਜਾਣਕਾਰੀ ਹੈ ਜਿਹੜੀ ਤੁਹਾਨੂੰ ਪਹਿਲਾਂ ਨਹੀਂ ਸੀ, ਜਾਂ ਇਸ ਗੱਲ ਦੀ ਜਿਹੜੀ ਤੁਹਾਨੂੰ ਹੋਰ ਜਾਣਕਾਰੀ ਚਾਹੀਦੀ ਆ, ਤਾਂ ਤੁਸੀਂ 0406-660-960 ਤੇ ਤੁਸੀਂ ਆਪਣਾ ਅਪੁਆਇੰਟਮੈਂਟ ਬਣਾ ਸਕਦੇ ਹੋ। ਦੋਸਤੋ, ਵਾਰ ਵਾਰ ਇਸ ਨੰਬਰ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਕਾਰਨ ਮੇਰਾ ਇਹੀ ਹੈ ਕਿ ਇਹ ਤੁਹਾਡੇ ਲਈ ਇੱਕ ਫੈਸਿਲਿਟੀ ਬਣ ਜਾਂਦੀ ਹੈ, ਕਿਉਂਕਿ ਬਹੁਤ ਸਾਰੇ ਸਾਡੇ ਦੋਸਤ ਨੇ ਉਹ ਬਾਅਦ ਚੋਂ ਕਹਿੰਦੇ ਨੇ ਕਿ ਸਾਨੂੰ ਚੰਗੇ ਸਮੇਂ ਸਲਾਹ ਨਹੀਂ ਮਿਲੀ, ਜੇਕਰ ਉਦੋਂ ਸਾਨੂੰ ਇਹ ਪਤਾ ਲੱਗ ਜਾਂਦਾ ਤਾਂ ਅਸੀਂ ਸ਼ਾਇਦ ਆਹ ਕਰ ਲੈਂਦੇ, ਅਸੀਂ ਗਲਤ ਟਰੈਕ ਤੇ ਚਲੇ ਗਏ। ਬਹੁਤ ਸਾਰੇ ਦੋਸਤ ਮਿੱਤਰ ਜਿਹੜੇ ਇਸ ਗੱਲ ਦਾ ਗਵਾਹ ਵੀ ਨੇ, ਜੇਕਰ ਤੁਸੀਂ ਲਾਈਵ ਦੇਖ ਰਹੇ ਹੋ ਤਾਂ ਲਾਈਵ ਦੇ ਵਿੱਚ ਆਪਣਾ ਕਮੈਂਟ ਦੱਸ ਕੇ ਦੱਸ ਦਿਆ ਕਰੋ, ਕਿਉਂਕਿ ਤੁਹਾਡੇ 20 ਫੋਨ ਆਉਂਦੇ ਨੇ ਤੇ ਮੈਂ 50 ਦੇ ਜਿਹੜੇ ਆਨਸਰ ਆ ਉਹ ਦਿੰਦਾ, ਤੇ 25 ਦੀ ਸਲਾਹ ਜਿਹੜੇ ਬਾਂਸਰ ਸਾਹਿਬ ਦੇ ਦਿੰਦੇ ਨੇ। ਪਰ ਤੁਸੀਂ ਚੱਲਦੇ ਲਾਈਵ ਦੇ ਵਿੱਚ ਆ ਕੇ ਪ੍ਰੂਫ ਕਰ ਦਿਆ ਕਰੋ ਕਿ ਹਾਂ, ਜਿਹੜਾ ਕੁਛ ਇੱਥੇ ਪਿਛਲੇ ਅੱਧੇ ਘੰਟੇ ਤੋਂ ਜਾਣਕਾਰੀ ਦਿੱਤੀ ਜਾ ਰਹੀ ਆ ਉਸ ਦੇ ਤੁਸੀਂ ਖੁਦ ਗਵਾਹ ਹੋ। ਮੈਨੂੰ ਪਤਾ ਕਿ ਤੁਹਾਡੇ ਕੋਲ ਇਸ ਵੇਲੇ ਟਾਈਮ ਨਹੀਂ ਹੋਣਾ ਲਾਈਵ ਦੇਖਣ ਦਾ, ਪਰ ਜਦੋਂ ਤੁਸੀਂ ਬਾਅਦ ਚੋਂ ਦੇਖ ਰਹੇ ਹੋ ਤਾਂ ਤੁਸੀਂ ਆਪਣੇ ਕਮੈਂਟ, ਆਪਣੀ ਫੀਡਬੈਕ ਜ਼ਰੂਰ ਦਿਆ ਕਰੋ। ਬੋਲ ਪੰਜਾਬੀ ਨੂੰ ਦੇ ਨਾਲ ਜੁੜੇ ਰਹੋ ਜੀ। ਜੇਕਰ ਤੁਸੀਂ ਤੇ ਤੁਹਾਡਾ ਕੋਈ ਸਵਾਲ ਹੈ ਜੀ ਸਾਡੇ ਲਈ, ਤਾਂ ਤੁਸੀਂ ਸਾਨੂੰ ਭੇਜ ਸਕਦੇ ਹੋ ਜੀ ਵਟਸਐਪ ਤੇ। ਪ੍ਰਦੀਪ ਔਲਖ ਜੀ, ਵੈਸੇ ਤਾਂ ਤੁਸੀਂ ਬਹੁਤ ਲੇਟ ਹੋ, ਪਰ ਸਵਾਲ ਤੁਹਾਡਾ ਜਿਹੜਾ ਮੈਂ ਜ਼ਰੂਰ ਪੁੱਛ ਲੈਣਾ। ਬਸ ਪ੍ਰਦੀਪ ਔਲਖ ਸਾਹਿਬ ਕਹਿ ਰਹੇ ਨੇ ਕਿ ਸਤਿ ਸ਼੍ਰੀ ਅਕਾਲ ਸਰ, ਇੰਡੀਆ ਤੋਂ ਕਮਿਊਨਿਟੀ ਹੈਲਥ ਵਰਕਰ ਦਾ ਡਿਪਲੋਮਾ, 1 ਸਾਲ ਦਾ ਐਕਸਪੀਰੀਅੰਸ, ਸੈਲਰੀ ਕੈਸ਼ ਕਿਹੜਾ ਵੀਜ਼ਾ ਪਾ ਸਕਦਾ? ਪਹਿਲਾਂ ਸਕਿੱਲ ਅਸੈਸਮੈਂਟ ਹੋਣੀ ਜ਼ਰੂਰੀ ਹੈ ਜੀ, ਤਾਂ ਜੇ ਸਕਿੱਲ ਅਸੈਸਮੈਂਟ ਹੋਗੀ ਫਿਰ ਤੁਸੀਂ 491-190 ਵੀਜ਼ੇ ਲਈ ਐਲੀਜੀਬਲ ਹੋ। ਪ੍ਰਦੀਪ ਔਲਖ ਸਾਹਿਬ, ਔਲਖ ਸਾਹਿਬ ਤੁਸੀਂ ਇੱਕ ਕੰਮ ਕਰੋ ਜੀ, info@bansalimmigration.com.au ਇਸ ਤੇ ਇੱਕ ਈਮੇਲ ਭੇਜੋ ਜੀ। ਈਮੇਲ ਦੇ ਵਿੱਚ ਆਪਣਾ ਨਾਮ ਤੇ ਆਪਣਾ ਸਾਰਾ ਕੇਸ ਜੀ ਉਹ ਭੇਜੋ ਜੀ। ਉਹ ਭੇਜੋਗੇ ਜਦੋਂ ਤਾਂ ਪੜ੍ਹ ਲੈਣਾ ਜੀ, ਤੁਹਾਡੀ ਜਿਹੜੀ ਈਮੇਲ ਆ ਸਾਡੇ ਕੋਲ ਆ ਜਾਣੀ ਹੈ, ਬਾਂਸਲ ਇਮੀਗ੍ਰੇਸ਼ਨ ਦੇ ਦਫ਼ਤਰ ਦੇ ਵਿੱਚ ਆ ਜਾਣੀ ਹੈ, ਰਿਕਾਰਡ ਹੋ ਜਾਣਾ ਜੀ। ਤਾਂ ਫਿਰ ਇੱਕ ਤਰ੍ਹਾਂ ਦੀ ਜਿਹੜੀ ਜਾਣਕਾਰੀ ਹੋਊਗੀ ਤੁਹਾਡੇ ਤੱਕ, ਤੁਹਾਨੂੰ ਵੀ ਸਹੀ ਜਿਹੜੀ ਲਿਖਤੀ ਜਾਣਕਾਰੀ ਮਿਲ ਜੂਗੀ। ਕਿਉਂਕਿ ਕਦੇ ਕਦੇ ਇਹ ਹੁੰਦਾ ਕਿ ਅਸੀਂ ਹੁਣ ਕਾਹਲੀ ਕਾਹਲੀ ਦੇ ਵਿੱਚ ਮੈਂ ਤੁਹਾਡਾ ਕੁਐਸਚਨ ਹੀ ਗਲਤ ਪੜ੍ਹਤਾ ਹੋਵੇ, ਬੰਸਲ ਸਾਹਿਬ ਨੇ ਉਹਦਾ ਆਨਸਰ ਹੋਰ ਹੀ ਦਿੱਤਾ ਹੋਵੇ, ਉਹ ਕਹਾਣੀ ਹੋਰ ਦੀ ਹੋਰ ਹੋ ਜਾਂਦੀ ਆ। ਤੇ ਪਾਠਕ ਸਾਹਿਬ ਇਸ ਵੇਲੇ ਮੇਰੇ ਨਾਲ ਪੂਰੀਆਂ ਅੱਖਾਂ ਬੰਨ ਕੇ ਕਹਿ ਰਹੇ ਨੇ ਕਿ ਢਿੱਲੋਂ ਸਾਹਿਬ ਬਸ ਕਰੋ, ਅੱਜ ਦਾ ਜਿਹੜਾ ਟਾਈਮ ਉਹ ਸਮਾਪਤ ਹੋ ਗਿਆ, ਤੁਸੀਂ 40 ਮਿੰਟਾਂ ਤੋਂ ਵੱਧ ਲੈ ਚੁੱਕੇ ਹੋ। ਸੋ ਪਾਠਕ ਸਾਹਿਬ ਦੀ ਗੱਲ ਮੰਨਦੇ ਹੋਏ ਬੰਸਲ ਸਾਹਿਬ ਦਾ ਸ਼ੁਕਰੀਆ ਅਦਾ ਕਰਦੇ ਹੋਏ, ਬੰਸਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ। ਦੋਸਤੋ, ਜਿਹੜੀ ਸਹੀ ਤੇ ਸਹੀ ਜਾਣਕਾਰੀ ਤੇ ਸਹੀ ਸਲਾਹ ਦੀ ਗੱਲ ਮੈਂ ਕੀਤੀ ਸੀ ਨਾ, ਇਹ ਜਿਹੜਾ ਸਾਡਾ ਮਕਸਦ ਹੈ, ਇਹ ਜਾਣਕਾਰੀ ਤੁਹਾਡੇ ਤੱਕ, ਤੁਹਾਡੇ ਤੱਕ ਇਨਫੋਰਮੇਸ਼ਨ ਦੇਣਾ, ਤੁਹਾਨੂੰ ਸਲਾਹ ਦੇਣੀ, ਮੰਨਣੀ ਜਾਂ ਨਹੀਂ ਮੰਨਣੀ ਇਹ ਤੁਹਾਡੀ ਹੈ। ਕਿਉਂਕਿ ਡਾਕਟਰ ਤੋਂ ਵੀ ਆਪਾਂ ਲਿਖਾ ਕੇ ਲੈ ਕੇ ਆਉਂਦੇ ਹਾਂ ਕਿ ਸਵੇਰੇ ਸ਼ਾਮ 2-2 ਗੋਲੀਆਂ, ਕਿ ਕੈਪਸੂਲ ਲੈ ਲਿਆ ਕਰੋ, ਲੈਣੀ ਜਾਂ ਨਹੀਂ ਲੈਣੀ ਹੈ ਮਰੀਜ਼ ਦੀ ਮਰਜ਼ੀ ਹੁੰਦੀ ਹੈ ਜੀ। ਸੋ ਜੇਕਰ ਤੁਹਾਡਾ ਵੀ ਕੋਈ ਕੰਸਰਨ ਹੈ ਜੀ ਇਮੀਗ੍ਰੇਸ਼ਨ ਮਾਮਲੇ ਨੂੰ ਲੈ ਕੇ, ਬਾਂਸਲ ਇਮੀਗ੍ਰੇਸ਼ਨ ਦੀ ਕੋਈ ਵੀ ਸਰਵਿਸ ਤੁਸੀਂ ਲੈਣੀ ਹੈ ਜੀ, ਤਾਂ ਬਾਂਸਲ ਇਮੀਗ੍ਰੇਸ਼ਨ ਨੂੰ info@bansalimmigration.com.au ਤੇ ਈਮੇਲ ਕਰ ਸਕਦੇ ਹੋ। 0406-660-960 ਇਸ ਨੰਬਰ ਤੇ ਤੁਸੀਂ ਵਟਸਐਪ ਕਰਦੇ ਹੋ ਤਾਂ ਤੁਹਾਨੂੰ ਤੁਹਾਡੀ ਪਰਮਿਟ ਮਿਲ ਜੂਗੀ। ਬਸ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਇੱਕ ਵਾਰੀ ਫਿਰ ਤੋਂ। ਪਾਠਕ ਸਾਹਿਬ ਤੁਹਾਡਾ ਵੀ ਸ਼ੁਕਰੀਆ ਪੇਸ਼ੈਂਸ ਦੇ ਲਈ, ਤੁਹਾਨੂੰ ਮਿਲਾਂਗੇ ਜੀ ਅਗਲੇ 15 ਵਾਲੇ ਬੁੱਧਵਾਰ ਇਸੇ ਦਫ਼ਤਰ ਦੇ ਵਿੱਚ। ਪਾਠਕ ਸਾਹਿਬ ਹੋਣਗੇ ਕੈਮਰੇ ਤੇ, ਤਦ ਤੱਕ ਦੇ ਲਈ ਰੱਬ ਰੱਖਾ, ਧੰਨਵਾਦ।